ਕਮੈਂਟ ਵੇਖਾਂਗੇ ਪੜ ਕੇ ਕਿਹੜੇ ਵੀਲ ਦੇ ਜ਼ਿਆਦਾ ਆਉਂਦੇ ਆ। ਤੇਰਾ ਕਮਰਾ ਸਭ ਤੋਂ ਪਹਿਲਾਂ ਤਿਆਰ ਹੋਣ ਡਿਆ ਸੀ, ਅਸੀਂ ਆ ਜਾਣੀ ਫਿਰ ਓਕੇ ਹੋਣਾ ਕੰਮ, ਕਿਉਂਕਿ ਜ਼ਿੰਦਗੀ ਏਡੀ ਸੋਹਣੀ ਇੱਥੇ ਲੱਗੀ ਵੀ ਇੱਕ ਸਾਲ ਦੀ ਤੀਜੀ ਮੰਜ਼ਿਲ ਤਿਆਰ ਹੋ ਜਾਣੀ ਨਾ ਬੈਠਣੀ, 11 ਦਿਨ ਹੋ ਗਏ ਬੰਦ ਪਈ ਇਦਾਂ ਹੀ वेलकम बैक टू माई यूट्यूब। नहीं नहीं ये अपनी ट्यून नहीं है। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਲਾਬੇ ਮਿੱਤਰ ਆ ਗਏ ਜੀ ਯਾਰ ਹੁਣੀ ਪਿੰਡ ਨੂੰ। ਹਾਂ ਪੁੱਤ ਮਿਸ ਕੀਤਾ ਤੁਸੀਂ, ਹੈਂ ਤੁਸੀਂ ਬੜਾ ਮਿਸ ਕੀਤਾ। ਸਨੈਪਚੈਟ 'ਤੇ ਭਰਾਵਾਂ ਦੇ ਇੰਨੇ ਕੁ ਜ਼ਿਆਦਾ ਮੈਸੇਜ ਆਉਂਦੇ ਸੀ ਨਾ ਬਾਈ ਵਲੌਗ ਪਾ ਦਿਉ, ਕਿ ਜਾਣ ਮੇਰੀ ਉੱਥੇ ਨਾ ਸਹੀ ਗੱਲ ਤੁਹਾਡਾ ਸਾਰਾ ਮੈਂ ਚੀਜ਼ ਸ਼ੇਅਰ ਕਰੂੰਗਾ ਕਿ ਜਿੱਦਾਂ ਜਿੱਦਾਂ ਇੱਥੋਂ ਗਏ ਅਸੀਂ, ਇੱਥੋਂ ਜਾਂਦੀ ਵਾਰ ਵਲੌਗ ਬਣਾਇਆ, ਉੱਥੇ ਜਾ ਕੇ ਜਦੋਂ ਅਸੀਂ 200 ਕਿਲੋਮੀਟਰ ਪਿੱਛੇ ਮਤਲਬ ਕਿ ਰਹਿ ਗਏ ਸੀ ਗੁਰਦੁਆਰਾ ਸਾਹਿਬ ਤੋਂ, ਪਤਾ ਨਹੀਂ ਕੀ ਮਨ 'ਚ ਗੱਲ ਆਈ ਵਲੌਗ ਬਣਾਉਣ ਨੂੰ ਦਿਲ ਨਹੀਂ ਕੀਤਾ, ਬਾਅਦ 'ਚ ਉੱਥੇ ਜਾ ਕੇ ਤਾਂ ਜਮ੍ਹਾਂ ਵਲੌਗ ਬਣਾਉਣ ਨੂੰ ਦਿਲ ਹੀ ਨਹੀਂ ਕੀਤਾ। ਮੈਂ ਜਿਹੜੀਆਂ ਸਨੈਪਚੈਟ 'ਤੇ ਫੋਟੋਆਂ ਵੀ ਵੀਰਾਂ ਭਰਾਵਾਂ ਨਾਲ ਸ਼ੇਅਰ ਕੀਤੀਆਂ ਨੇ ਗੁਰਦੁਆਰਾ ਸਾਹਿਬ ਦੀਆਂ, ਉਹ 5ਵੇਂ ਕਿ 6ਵੇਂ ਦਿਨ ਜਾ ਕੇ ਸ਼ੇਅਰ ਕੀਤੀਆਂ ਸੀ ਜਦੋਂ ਮੈਂ ਆਪ ਸਾਰੇ ਦਰਸ਼ਨ ਮੇਲੇ ਕਰ ਲਏ। ਉਹ ਤੋਂ ਬਾਅਦ ਵਲੌਗ ਤਾਂ ਬਣਾਇਆ ਨਹੀਂ ਜਾਣ ਮੇਰੀ, ਮੈਂ ਤੁਹਾਨੂੰ ਐਵੇਂ ਆਖੀ ਜਾਵਾਂ ਨਾ, ਉੱਥੇ ਮੈਂ ਕੋਈ ਵਲੌਗ ਨਹੀਂ ਬਣਾਇਆ, ਸਿਰਫ ਸਨੈਪਚੈਟ 'ਤੇ ਜਿਹੜੇ ਭਰਾ, ਕਈ ਵਾਰ ਤੁਹਾਨੂੰ ਮੈਂ ਕਹਿੰਦਾ ਹੁੰਦਾ ਨਾ ਕਿ ਸਨੈਪਚੈਟ 'ਤੇ ਵੀ ਤੁਸੀਂ ਉੱਥੇ ਫੋਲੋ ਕਰਕੇ ਰੱਖੋ, ਜਿਨ੍ਹਾਂ ਭਰਾਵਾਂ ਨੇ ਸਨੈਪਚੈਟ 'ਤੇ ਫੋਲੋ ਕਰਕੇ ਰੱਖਿਆ ਜਾਂ ਇੰਸਟਾਗ੍ਰਾਮ 'ਤੇ, ਉੱਥੇ ਸਟੋਰੀ ਦੇ ਵਿੱਚ ਮੈਂ ਫੋਟੋਆਂ ਪਾਈਆਂ ਸੀ ਅਤੇ ਉਹ ਵੀ ਉੱਥੋਂ ਤੱਕ ਫੋਟੋਆਂ ਪਾਈਆਂ ਸੀ ਜਿੱਥੋਂ ਤੱਕ ਫੋਟੋਆਂ ਅਲਾਊਡ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਤੱਕ। ਗੁਰਦੁਆਰਾ ਸਾਹਿਬ ਦੇ ਅੰਦਰ ਤੱਕ ਵੀਡੀਓਗ੍ਰਾਫੀ ਫੋਟੋਗ੍ਰਾਫੀ ਮਨਾ ਹੀ ਮੈਂ ਲਿਖ ਕੇ ਲਾਇਆ ਸੀ ਅਤੇ ਬਾਹਰ ਤੱਕ ਆਪਾਂ ਫੋਟੋਆਂ ਸ਼ੇਅਰ ਕੀਤੀਆਂ ਜਿੱਥੋਂ ਤੱਕ ਆਪਾਂ ਸ਼ੇਅਰ ਕਰ ਸਕਦੇ ਸੀ, ਅਤੇ ਵਲੌਗ ਨਹੀਂ ਬਣਾਇਆ ਜਾਣ ਮੇਰੀ, ਉੱਥੋਂ ਦੇ ਵਲੌਗ ਨਹੀਂ ਆਉਣਗੇ ਅਤੇ ਬਣਾਏ ਨਹੀਂ ਆ, ਜਾਣ ਤੱਕ ਬਣਾਇਆ ਸੀ ਅਤੇ ਉਹ ਇੱਕ ਬਣਿਆ ਪਿਆ ਮੇਰੇ ਕੋਲ, ਜੇ ਕਹੋਗੇ ਉਹ ਪਾ ਦੂੰਗਾ, ਇੱਥੋਂ ਅਸੀਂ ਕਿੱਦਾਂ ਗਏ ਕਿੱਥੇ ਕਿੱਥੇ ਸਟੇਅ ਕੀਤਾ ਉਹ ਮੇਰੇ ਕੋਲ ਬਣਿਆ ਪਿਆ ਵਾ। ਅਤੇ ਉਹ ਤੋਂ ਬਾਅਦ ਹਾਂ ਸਾਨੂੰ 4 ਦਿਨ ਜਾਣ ਲੱਗੇ, ਉੱਦਾਂ ਦੇ ਕਈ ਵਾਰ 2 ਦਿਨ 'ਚ ਵੀ ਪਹੁੰਚ ਜਾਈਦਾ ਸੀ ਵਾਪਸ, ਜਿਹੜਾ ਇਹ 2 ਦਿਨ 'ਚ ਆਏ ਹਾਂ, ਜਿੱਦਾਂ ਅੱਜ ਸ਼ਾਮ ਨੂੰ ਉੱਥੋਂ ਤੁਰੇ ਸੀ ਅਤੇ ਅਗਲੇ ਦਿਨ ਰਾਤ 11 ਵਜੇ ਅਸੀਂ ਘਰ ਆ ਗਏ, 4 ਸਟੇਅ ਕੀਤੇ ਸੀ ਰਾਹ ਦੇ ਵਿੱਚ। ਅਤੇ ਪਰ ਜਿਹੜਾ ਜਾਂਦੀ ਵਾਰ ਟਾਈਮ ਵੱਧ ਕਿਉਂ ਲੱਗਾ ਕਿ ਜਾਂਦੀ ਵਾਰ ਗੁਰਦੁਆਰਾ ਸਾਹਿਬ ਜਿਹੜੇ ਰਾਹ ਦੇ ਵਿੱਚ ਸੀ ਉਹਨਾਂ ਦੇ ਦਰਸ਼ਨ ਮੇਲੇ ਕਰਦੇ ਗਏ, ਕਿ 4 ਦਿਨ ਦਾ ਸਾਨੂੰ ਟਾਈਮ ਲੱਗਾ ਸੀ ਅਤੇ 5ਵੇਂ ਦਿਨ ਅਸੀਂ ਉੱਥੇ ਪਹੁੰਚੇ ਸੀ। ਟੋਟਲ ਸਾਡੇ ਲੱਗ ਗਏ ਜੇ ਤੁਸੀਂ ਲਾ ਲਓ ਸਾਹਿਬ ਕਿ 10 ਤੋਂ 11 ਦਿਨ ਲੱਗੇ ਆ, ਅਤੇ ਹਜੇ ਵੀ ਉੱਥੋਂ ਉਹਨੂੰ ਦਿਲ ਨਹੀਂ ਕਰਦਾ ਜਾਣ ਮੇਰੀਏ, ਅਤੇ ਫਿਰ ਬਾਬਾ ਸੁੱਖ ਰੱਖੇ ਅਤੇ ਫਿਰ ਜਾਵਾਂਗੇ ਉੱਥੇ। ਮੈਂ ਸੋਚਦਾ ਕਿ ਕਰਮਾਂ ਵਾਲਾ ਬੰਦਾ ਹੀ ਉੱਥੇ ਜਾਂਦਾ ਵਾ, ਕਿ ਐਵੇਂ ਆਖੀਏ ਨਾ ਕਿ ਮੈਂ ਤਾਂ ਇਹ ਚੀਜ਼ ਮੰਨਦਾ, ਕੋਈ ਕਿੱਦਾਂ ਜਾਂਦਾ ਮੈਨੂੰ ਨਹੀਂ ਪਤਾ, ਪਰ ਉੱਥੇ ਜਾ ਕੇ ਫੋਨ ਚਲਾਉਣ ਨੂੰ ਜਾਣ ਮੇਰੀ ਜਮ੍ਹਾਂ ਜੀ ਨਹੀਂ ਕਰਦਾ ਸੀ। ਇਹ ਤੁਸੀਂ ਮੰਨਣਾ ਨਹੀਂ ਕਿ ਜ਼ਿੰਦਗੀ ਐਡੀ ਸੋਹਣੀ ਉੱਥੇ ਲੱਗੀ, ਤੁਸੀਂ ਮੰਨਣਾ ਨਹੀਂ। ਫੋਨ 5-5-6-6 ਘੰਟੇ ਪਤਾ ਨਹੀਂ ਲੱਗਦਾ ਕਿੱਥੇ ਪਿਆ ਵਾ, ਜਦੋਂ ਗੁਰਦੁਆਰਾ ਸਾਹਿਬ ਜਾਈਦਾ ਸੀ, ਇੱਥੇ ਮੈਂ ਗੁਰਦੁਆਰਾ ਸਾਹਿਬ ਜਾਂਦਾ ਪਾਠ ਕਰਦਾ ਜਪਜੀ ਸਾਹਿਬ ਦਾ, ਉੱਥੋਂ ਰੂਟੀਨ ਕੀ ਚੇਂਜ ਹੋ ਗਿਆ ਜੀ, 5 ਬਾਣੀਆਂ ਦਾ ਪਾਠ ਕਰਨਾ ਸ਼ੁਰੂ ਕਰਤਾ, ਸ਼ਾਮ ਨੂੰ ਰਹਿਰਾ ਸਾਹਿਬ ਕਰਨੀ ਸ਼ੁਰੂ ਕਰਤੀ ਅਤੇ ਸੁਖਮਨੀ ਸਾਹਿਬ ਵੀ ਕਰਨਾ ਸ਼ੁਰੂ ਕਰਤਾ ਜਾਣ ਮੇਰੀਏ। ਉੱਥੋਂ ਵਾਲੀ ਜ਼ਿੰਦਗੀ ਬਹੁਤ ਜ਼ਿਆਦਾ ਘੈਂਟ ਹੈ, ਬਹੁਤ ਜ਼ਿਆਦਾ ਘੈਂਟ। ਮੈਂ ਤਾਂ ਫਿਰ ਆਪਣੇ ਵੀਰਾਂ ਭਰਾਵਾਂ ਨਾਲ ਸਲਾਹ ਕਰਕੇ ਕਿਤੇ ਮੇਰਾ ਸਬੱਬ ਬਣ ਗਿਆ, ਫਿਰ ਭਾਵੇਂ ਮਹੀਨੇ ਬਾਅਦ ਹੀ ਬਣ ਜਾਵੇ, ਭਾਵੇਂ 2 ਮਹੀਨੇ ਬਾਅਦ 4, ਜਦੋਂ ਸਾਡਾ ਫਿਰ ਸਬੱਬ ਬਣ ਗਿਆ ਫਿਰ ਜ਼ਰੂਰ ਹੋ ਕੇ ਆਉਣਾ। ਅਤੇ ਮੈਂ ਤੁਹਾਨੂੰ ਵੀ ਇਹ ਚੀਜ਼ ਦੱਸਣੀ ਚਾਹੁੰਦਾ ਕਿ ਜਿਹੜੇ ਭਰਾ ਹੁਣ ਤੱਕ ਨਹੀਂ ਗਏ ਉਹ ਜ਼ਰੂਰ ਜਾਇਓ, ਅਤੇ ਦੂਜੀ ਗੱਲ ਜਿਹੜੇ ਭਰਾ ਬਾਹਰ ਆਪਣੇ ਰਹਿੰਦੇ ਜਿਨ੍ਹਾਂ ਨੇ ਸਟੋਰੀਆਂ ਵੇਖਦੇ ਸਨੈਪਚੈਟ 'ਤੇ, ਉਹਨਾਂ ਦੇ ਮੈਸੇਜ ਹੀ ਆਉਂਦੇ ਬਾਈ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ, ਕਈ ਵੀਰ ਭਰਾ ਜਿਹੜੇ ਛੋਟੇ ਹੁੰਦੇ ਆਪਣੇ ਮੰਮੀ ਡੈਡੀ ਨਾਲ ਗਏ ਹੋਣਗੇ, ਉਹਨਾਂ ਭਰਾਵਾਂ ਦੇ ਬਹੁਤ ਮੈਸੇਜ ਆਏ ਕਹਿੰਦੇ ਕਿ ਜਾਣੇ ਮੇਰੀ ਅਸੀਂ 10 ਸਾਲਾਂ ਬਾਅਦ ਦਰਸ਼ਨ ਕੀਤੇ, ਫਿਰ ਅਸੀਂ 15 ਸਾਲਾਂ ਬਾਅਦ ਦਰਸ਼ਨ ਕੀਤੇ ਆ, ਅਤੇ ਜਾਣੇ ਮੇਰੀ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਗਿਆ ਅਤੇ ਆਉਣ ਨੂੰ ਦਿਲ ਨਹੀਂ ਕਰਦਾ, ਜਿਹੜੀ ਸਹੀ ਗੱਲ ਆ। ਅਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਵਾ ਜਿਹੜੀਆਂ ਗੁਰੂ ਮਹਾਰਾਜ ਦੇ ਘਰੋਂ ਉੱਥੋਂ ਸਿੱਖੀਆਂ ਵਾ, ਅਤੇ ਬਹੁਤ ਜ਼ਿਆਦਾ ਮਤਲਬ ਕਿ ਨਾ ਜਿਹੜਾ ਆਪਣਾ ਹੁੰਦਾ ਵਾ ਸੁਭਾਅ, ਅਤੇ ਬੜੀ ਚੀਜ਼ਾਂ ਚੇਂਜ ਹੋ ਜਾਣੀਆਂ ਹੁਣ ਮੈਨੂੰ ਲੱਗਦਾ ਜੋ ਕੁਝ ਮੈਂ ਸਿੱਖ ਕੇ ਆਇਆ ਵਾਂ। ਅਤੇ ਬਾਕੀ ਅੱਗੇ ਜਿਹੜੇ ਵਲੌਗ ਹੋਣਗੇ ਤੁਹਾਨੂੰ ਉਹਨਾਂ ਦੇ ਵਿੱਚ ਪਤਾ ਲੱਗ ਹੀ ਜਾਣਾ। ਅਤੇ ਸਭ ਤੋਂ ਸੋਹਣੀ ਗੱਲ ਇੱਕ ਸਿੱਖੀ ਜਿਹੜੀ ਮਤਲਬ ਕਿ ਬੜੀਆਂ ਸਿੱਖੀਆਂ ਵਾ, ਇੱਕ ਚੀਜ਼ ਜਿਹੜੀ ਸਿੱਖੀ ਆ ਕਿ ਮਤਲਬ ਕਿ ਆਪਾਂ, ਮੈਂ ਇਹ ਚੀਜ਼ ਕਹਿਣੀ ਹੈ ਕਿ ਅਸੀਂ ਮਾੜੇ ਹਾਂ ਬਾਈ, ਸਾਰੇ ਚੰਗੇ ਆ, ਆਪਾਂ ਨੂੰ ਕੋਈ ਮਾੜਾ ਕਹਿੰਦਾ ਨਾ ਉਹਨੂੰ ਇਹ ਗੱਲ ਕਹਿੰਦੇ ਕਿ ਬਾਈ ਹਾਂ ਠੀਕ ਹੈ ਮੈਂ ਮਾੜਾ, ਤੂੰ ਚੰਗਾ ਅਤੇ ਮੇਰਾ ਭਰਾ ਮੇਰਾ ਰਾਹ ਛੱਡ, ਮੈਨੂੰ ਜਾਣ ਦੇ ਆਪਣੇ ਕੰਮ 'ਤੇ, ਹੈ ਨਾ। ਸਭ ਤੋਂ ਸੋਹਣੀ ਚੀਜ਼ ਆ ਮੈਨੂੰ ਲੱਗੀ ਕਿ ਜਿਹੜੀ ਮੈਂ ਅਪਣਾ ਲਈ ਆ, ਹੁਣ ਪਹਿਲਾਂ ਵੀ ਮੈਂ ਅਪਣਾਈ ਸੀ ਪਰ ਹੁਣ ਜ਼ਿਆਦਾ ਡੂੰਘੇ ਤਰੀਕੇ ਨਾਲ ਅਪਣਾ ਲਈ ਹੈ ਕਿ ਠੀਕ ਹੈ ਜੇ ਤੁਹਾਨੂੰ ਕੋਈ ਮਾੜਾ ਕਹਿਣ ਡਿਆ ਮੈਨੂੰ, ਕਿ ਠੀਕ ਹੈ ਵੀਰੇ ਮੈਂ ਮਾੜਾ, ਤੂੰ ਚੰਗਾ, ਮੈਨੂੰ ਆਪਣਾ ਕੰਮ ਕਰਨ ਦੇ। ਅਤੇ ਬਾਕੀ ਵਲੌਗ ਕਰਤਾ ਸ਼ੁਰੂ ਆ, ਜਿਹਦਾ ਅੱਗੇ ਅੱਗੇ ਜੋ ਆਪਣਾ ਜਿੱਦਾਂ ਪਹਿਲਾਂ ਵਲੌਗ ਆਉਂਦੇ ਸੀ ਉੱਦਾਂ ਹੀ ਆਉਂਦੇ ਰਹਿਣਗੇ। ਤੁਸੀਂ ਬਹੁਤ ਮਿਸ ਕੀਤਾ ਇਹ ਚੀਜ਼, ਮੈਂ ਕਮੈਂਟਾਂ ਦੇ ਵਿੱਚ ਪੜ੍ਹੀ, ਸਟੋਰੀਆਂ ਥੱਲੇ ਰਿਪਲਾਈ ਜਿਹੜੇ ਵੀਰ ਭਰਾ ਕਰਦੇ ਉਹਨਾਂ ਥੱਲੇ ਜਦੋਂ ਮੈਸੇਜ ਆਉਂਦੇ ਸੀ ਉਹ ਚੀਜ਼ ਪੜ੍ਹੀ, ਅਤੇ ਬਹੁਤ ਵਧੀਆ ਵੀ ਲੱਗਦਾ ਸੀ ਕਿ ਆਪਾਂ ਨੂੰ ਪਿਆਰ ਕਰਨ ਵਾਲੇ ਮਿਸ ਕਰਨ ਵਾਲੇ ਇੰਨੇ ਜ਼ਿਆਦਾ ਆ, ਅਤੇ ਲਵ ਯੂ ਆ ਮੇਰੀ ਜਾਨ ਸਾਰਿਆਂ ਨੂੰ, ਅਤੇ ਦਿਲੋਂ ਪਿਆਰ ਆ, ਤੁਸੀਂ ਨਾ ਮਿਸ ਕੀਤਾ, ਮਿਸ ਮੈਂ ਵੀ ਕੀਤਾ ਪਰ ਮੇਰਾ ਉੱਥੇ ਦਿਲ ਹੀ ਨਹੀਂ ਕੀਤਾ, ਉੱਥੇ ਮਤਲਬ ਕਿ
ਅੱਗੇ ਕਿਹਦਾ ਨਾ ਚੀਜ਼ਾਂ ਸ਼ੇਅਰ ਕਰੂੰਗਾ। ਸੋ ਆਪਾਂ ਨਹਾ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ ਅਤੇ ਫਿਰ ਜਿੱਦਾਂ ਡੇਲੀ ਰੂਟੀਨ ਦੇ ਆਪਣੇ ਪਹਿਲਾਂ ਵਲੋਗ ਆਉਂਦੇ ਸੀ ਉਹ ਰੂਟੀਨ ਸਾਰੀ ਕੈਚ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਵਧੀਆ ਵਧੀਆ ਮੇਰੀ ਜਾਨ, ਕੀ ਕਿਹਦਾ ਦਿਖਾਉਂਦਾ ਤੁਸੀਂ ਹੈਂ? ਵੇਖੀਏ ਕੀ ਕੀ ਕਰਤਾ ਜੇ, ਕੀ ਹਾਲ ਹੈ? ਠੀਕ ਠਾਕ ਜੇ ਯਾਰ, ਮੈਨੂੰ ਲੱਗਣ ਨਹੀਂ ਡਿਆ ਦਿਖਾਉਣਾ ਕੀ ਕਰਦੇ ਰਹੇ ਜੀ ਤੁਸੀਂ ਉੱਤੇ ਕਰਨ ਡੇ ਜੇ ਕੋਠੀ, ਮੈਂ ਉੱਥੇ ਖੜੀ ਕੀਤੀ ਆ। ਹੈਂ ਆਉਂਦੇ ਰਹੇ ਜੇ? ਲੈ ਵੀ ਮੈਂ ਤੇਰਾ ਕੋਠੀ ਚੈੱਕ ਕਰੀਏ ਕੀ ਕੀ ਕਰਤਾ ਇਹਨਾਂ ਨੇ। ਮੈਨੂੰ ਬਾਹਰੋਂ ਤਾਂ ਕੁਛ ਨਹੀਂ ਲੱਗਾ ਕਿ ਇਹਨਾਂ ਕੁਛ ਵੀ ਕੀਤਾ ਆ, ਕਹਿੰਦੇ ਉੱਤੋਂ ਕਰਨ ਡੇ ਕੰਮ। ਬਾਕੀ ਕਰਦੇ ਹਾਂ ਚੈੱਕ ਮੇਰੀ ਜਾਨ, ਕਿਉਂਕਿ ਸਾਨੂੰ 11 ਦਿਨ ਲੱਗ ਗਿਆ, 12ਵਾਂ ਦਿਨ ਚੜ੍ਹ ਗਿਆ ਅੱਜ। ਅਤੇ ਬਾਕੀ ਆ ਪੈਪ ਪਾਤੀ ਮੇਰੇ ਹਿਸਾਬ ਨਾਲ ਬੱਤੀ ਵਾਲੀ ਲਾਈਟਿੰਗ ਵਾਲੀ। ਇਹ ਮੈਨੂੰ ਆਰਕੀਟੈਕਟ ਭਾਅ ਜੀ ਪੁੱਛਦੇ ਸੀ ਕੋਠੀ ਦੇ ਬਾਹਰਲੇ ਪਾਸੇ ਲਾਈਟਾਂ ਕਰਨੀਆਂ, ਇਹ ਅੰਦਰ ਬਾਹਰ ਦੋਵੇਂ ਪਾਸੇ ਲਾਈਟਾਂ ਕਰਾਤੀਆਂ ਆਪਾਂ, ਆ ਕਰੋ ਚੈੱਕ ਤੁਸੀਂ। ਅਤੇ ਇੱਕ ਆ ਰੂਮ ਉਦੋਂ ਤਿਆਰ ਕਰਨ ਡੇ ਸੀ ਬੰਦੇ, ਜਦੋਂ ਆਪਾਂ ਗਏ ਸੀ ਤਾਂ ਲੈਂਟਰ ਪੈਣਾ ਸੀ, ਇਹਦੇ ਕੰਧਾਂ ਕੁੰਧਾਂ ਖੜੀਆਂ ਕੀਤੀਆਂ ਸੀ, ਅਤੇ ਇਹ ਵੀ ਮਿੱਤਰਾਂ ਨੇ ਤਿਆਰ ਕਰਤਾ, ਲੈਂਟਰ ਪਾ ਤਾ ਇਹਦੇ 'ਤੇ। ਹੈ ਬਾਕੀ ਇਹਨਾਂ ਵੇਲੇ ਉੱਤੇ ਜਿਹੜਾ ਕੰਮ ਕਰਨ ਡੇ ਆ ਉਹ ਵੇਹਨੇ ਜਾ ਕੇ ਇੱਕ ਵਾਰ ਪਹਿਲਾਂ ਨਹਾ ਲਈਏ ਮੇਰਾ ਦਾ, ਪਹਿਲਾਂ ਵੇਖ ਆਈਏ, ਪਹਿਲਾਂ ਵੇਖ ਆਈਏ, ਫਿਰ ਨਹਾਈ ਧੋਈ ਕਰਦੇ ਹਾਂ, ਫਿਰ ਤੁਹਾਨੂੰ ਬੇਬੇ ਨਾਲ ਵੀ ਮਿਲਾਉਣਾ। ਹਾਂ ਪੌੜੀ ਹੈ ਕਿੱਥਾਂ ਜਾਣ ਨੂੰ? ਚੱਲ ਆ ਜਾ ਮਿੱਤਰਾਂ, ਏ ਸੀ ਵਾਲੀਆਂ ਪੈਪਾਂ 'ਤੇ ਪਾਤੀਆਂ ਇਹਨਾਂ ਨੇ, ਉਦੋਂ ਜਦੋਂ ਆਪਾਂ ਜਾਣਾ ਸੀ ਉਦੋਂ ਪਾਤੀਆਂ ਇਹਨਾਂ ਨੇ। ਬਾਕੀ ਬਾਹਰੋਂ ਹਜੇ ਕੋਈ ਕੰਮ ਨਹੀਂ ਕੀਤਾ, ਜਿਹੜਾ ਕੋਠੇ ਦਾ ਛੱਤ ਦਾ ਆ ਉਹ ਕੰਮ ਹੋਣ ਡਿਆ। ਪੀ ਓ ਪੀ ਵਾਲੇ ਆਏ ਬਾਈ, ਮੇਰੇ ਹਿਸਾਬ ਨਾਲ ਪੀ ਓ ਪੀ ਦਾ ਕੰਮ ਕਰਤਾ ਸਟਾਰਟ। ਬਾਬਾ ਸੁੱਖ ਰੱਖਿਆ, ਨਵੰਬਰ ਦਸੰਬਰ ਤੱਕ ਕੋਠੀ ਕਹਿੰਦੇ ਕਰ ਦਾਂਗੇ ਰੈਡੀ। ਪੀ ਓ ਪੀ ਦਾ ਕੰਮ ਚੱਲਣ ਡਿਆ, ਪਹਿਲਾਂ ਕਮਰਾ ਤਿਆਰ ਕਰਨ ਲੱਗੇ, ਉਸ ਤੋਂ ਬਾਅਦ ਵੇਹਨੇ ਕਿਹੜਾ ਕਰਦੇ ਆ। ਬਾਕੀ ਆਰਕੀਟੈਕਟ ਭਾਅ ਜੀ ਵੀ ਅੱਜ ਆਉਣਗੇ ਸ਼ਾਇਦ, ਉਹਨਾਂ ਨਾਲ ਹੋਈ ਮੇਰੀ ਗੱਲ। ਕੀ ਹਾਲ ਆ, ਤੁਹਾਨੂੰ ਯਾਦ ਨਹੀਂ ਆਈ ਮੇਰੀ? ਤੁਹਾਨੂੰ ਯਾਦ ਨਹੀਂ ਆਈ ਮੇਰੀ? ਨਹੀਂ, ਮੈਂ ਚੰਗੇ ਥਾਂ ਤੇ ਗਿਆ ਸੀ। ਹਾਂ ਮਿਸਤਰੀ ਗੁਰੂ, ਕੰਮ ਕੀਤਾ ਕੋਈ ਨਹੀਂ ਲੱਗਦਾ ਤੁਸੀਂ ਮੈਨੂੰ, ਕੀਤਾ ਕੰਮ ਕੋਈ? ਕੀ ਮੈਨੂੰ ਦਿਖਣ ਤਾਂ ਰਿਹਾ ਨਹੀਂ, ਇੱਥੇ ਤਾਂ ਕੋਠੇ 'ਤੇ ਆ, ਵੇਖੀ ਜਾ ਕੇ ਕਿ ਸੱਪ ਕੱਢਦੇ ਲੱਗੇ ਜੇ। ਜਿਹੜਾ ਕੋਠੇ 'ਤੇ ਕੰਮ, ਜਿਹੜਾ ਕੋਠੇ 'ਤੇ ਕੀ ਹਾਲ ਆ? ਬਾਹਰ ਤਾਂ ਕੋਈ ਦਿਖਿਆ ਨਹੀਂ, ਮੈਂ ਕੋਠੇ ਜਾ ਕੇ ਵੇਖ ਲਈਏ। ਤੇਰਾ ਨਵਾਂ ਸੱਪ ਕੱਢਣ ਲੱਗੇ ਮਿਸਤਰੀ ਹੋਣੀ, ਕੀ ਕਰ ਲੱਗੇ ਉਸਤਾਦ ਜੀ? ਕੀ ਚੱਕਰ ਕੀ, ਇਹ ਕੀ ਕਮਰੇ ਪੈਣ ਲਈ? ਅੱਛਾ ਇਹ ਕਮਰੇ ਕਾਹਦੇ ਲਈ ਆ? ਅੱਛਾ ਟੈਂਕੀਆਂ, ਮੈਂ ਪਤਾ ਕੀ ਸੀ ਮੇਰੇ ਦਿਮਾਗ 'ਚ, ਕਿੰਨੀ ਨਵੀਂ ਚੀਜ਼ ਆਈ ਹੈ, ਛੋਟਾ ਕਮਰਾ ਮੈਨੂੰ ਬਣਾ ਦੇ ਪੈਣ ਨੂੰ, ਇੱਥੇ ਵੱਖਰਾ ਨਹੀਂ ਗਾ ਕਮਰਾ ਹੋਣਾ ਚਾਹੀਦਾ ਵੇ, ਸੋਹਣਾ ਲੱਗੂ ਹੋਣਾ, ਕਿਸੇ ਨੂੰ ਨਾ ਪਤਾ ਬੇਟਾ ਲਾਉਣੀ ਉੱਥੇ ਪਏ। ਇੱਕੋ ਮੰਜੀ ਡਾਗ ਵਿੱਚ? ਹਾਂ ਇੱਕੋ ਮੰਜੀ, ਨਾਲ ਏਸੀ ਲੱਗਾ ਹੋਇਆ ਛੋਟਾ ਜਿਹਾ। ਦੋ ਤਿੰਨ ਕਮਰੇ ਬਣ ਜਾਣੇ ਨਿੱਕੇ ਨਿੱਕੇ ਜੇ, ਇੱਕ ਕਮਰਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀਕਰੇਟ ਕਮਰਾ ਮਿਸਤਰੀ, ਉਹ ਬਣਾਉਣਾ ਆਪਾਂ ਇੱਥੇ, ਹੈ ਨਾ? ਅੱਜ ਆਰਕੀਟੈਕਟ ਵਾਲੇ ਭਾਅ ਜੀ ਨੇ ਆਉਣਾ, ਤੁਹਾਨੂੰ ਮੈਂ ਕਰਕੇ ਨਾ ਸਲਾਹ, ਉਦਾਂ ਜਿਹੜੀ ਤੂੰ ਸਲਾਹ ਦਿੱਤੀ ਹੈ ਕਿ ਕਮਰੇ 'ਤੇ ਕਮਰਾ ਪੈ ਜਾਏ ਇਹ ਵੀ ਸਹੀ ਹੈ, ਪਰ ਇਹ ਹੈ ਕਿ ਜਿੱਦਾਂ ਆਪਣੇ ਲੋਹੇ ਵਾਲੀਆਂ ਪੌੜੀਆਂ ਲੁਕ ਜਾਣੀਆਂ, ਹੈ ਨਾ? ਫਿਰ ਲੋਹੇ ਵਾਲੀ ਪੌੜੀ ਲਾਉਂਦਾ ਕੋਈ ਫਾਇਦਾ ਨਹੀਂ ਹੋਣਾ, ਉਹ ਕਮਰਾ ਆਪਾਂ ਇਹਦੇ ਥੱਲੇ ਕਰਾਂਗੇ, ਇੱਧਰ ਵੀ ਪਾਉਂਦੇ ਹਾਂ ਤਾਂ ਵੀ ਫਿਰ ਤੀਜੀ ਮੰਜ਼ਿਲ ਹੈਗੀ, ਤਾਂ ਵੀ ਤੀਜੀ ਮੰਜ਼ਿਲ ਇੱਕ ਹਿਸਾਬ ਦੀ, ਪਰ ਇਹ ਹੈ ਕਿ ਆਪਾਂ ਤੀਜੀ ਮੰਜ਼ਿਲ ਸ਼ੋਅ ਨਹੀਂ ਕਰਾਂਗੇ, ਤੀਜੀ ਮੰਜ਼ਿਲ ਆਪਾਂ ਪਾਈ ਉੱਤੇ, ਨਜ਼ਰ ਲੱਗਦੀ ਹੈ ਭਾਈ। ਦੋ ਮੰਜ਼ਿਲ ਵਾਲੀ ਕੋਠੀ ਪਾਉਣੀ ਆਪਾਂ, ਤਿੰਨ ਮੰਜ਼ਿਲ ਵਾਲੀ ਪਾਉਣੀ, ਤਿੰਨ ਮੰਜ਼ਿਲ ਆਪਣੀ ਗੁਪਤ ਰੱਖਣੀ ਆਪਾਂ ਜਿਹੜੀ, ਇਹਦੇ ਲੈਂਟਰ ਪੈਣ ਲੱਗੇ ਅੱਜ? ਠੀਕ ਹੈ ਲਓ ਮਿੱਤਰੋ, ਤੀਜੀ ਮੰਜ਼ਿਲ ਵੀ ਤਿਆਰ ਕਰਦਾ ਗਿਆ ਮਿਸਤਰੀ। ਮੈਂ ਸੋਚਣਾ ਮੈਂ ਤਾਂ ਇਹਨਾਂ ਕੀਤਾ ਕੁਛ ਨਹੀਂ ਆ, ਅਗਲੇ ਪਾਸੇ ਵੱਟ ਕੱਢੇ ਪਏ, ਕਮਰਾ ਤਿਆਰ ਕਰਤਾ, ਉੱਤੇ ਅੱਜ ਲੈਂਟਰ ਪਾਉਂਦੇ ਲੱਗੇ ਆ। ਹੈਂ ਥੱਲੇ ਜਦੋਂ ਮੈਂ ਨਾ, ਮੈਂ ਅੰਦਰ ਵੇਖਿਆ, ਮੈਂ ਯਾਰ ਮਿਸਤਰੀ ਕੀਤਾ ਕੁਛ ਨਹੀਂ, ਆ ਹੀ ਨਹੀਂ ਲੱਗਦਾ। ਮੈਂ ਵੀ ਮਿੱਤਰ, ਕਹਿੰਦੇ ਕੌਣ ਆ? ਕਹਿੰਦੇ ਜੱਜੀ ਵੀ ਆ ਗਏ ਜੇ, ਹੈਂ ਮੰਨੇ ਹੋਣੀ ਵੀ ਆ ਗਏ, ਮੰਨੇ ਹੋਣੀ ਕਹਿੰਦੇ ਚੂੜੇ ਪੀੜ ਕਰਨ ਦੇ ਬਹਿ ਲੈ ਗਏ। ਹੈਂ ਸਫ਼ਰ ਬੜਾ ਕਰੂਗਾ, ਪਰ ਇਹ ਕਿ ਜਿਹੜਾ ਪਰ ਮੰਨੇ ਜਿਹੜੀ ਆਪਾਂ ਜੀ ਵੇਖ ਰਹੇ ਨਾ, ਜਿਹੜੇ ਬੰਦੇ ਹੁਣ ਤੱਕ ਨਹੀਂ ਨਾ ਗਏ, ਅਸੀਂ ਮੈਨੂੰ 30 ਲੱਗੇ ਜੱਜੀ, ਮੈਂ ਨਹੀਂ ਗਿਆ, ਪਰ ਮੈਂ ਨਾ ਕਿ ਸਵਰਗ, ਸੱਚੀ ਸਵਰਗ ਆ, ਕੋਈ ਵੀ ਗੁਰਦੁਆਰਾ ਸਾਹਿਬ ਆਪਾਂ ਜਾਂਦੇ ਹਾਂ ਆਪਾਂ ਸੱਚੀ ਅਡਾਉਣ ਜੀ ਨਹੀਂ ਕਰਦਾ ਇਹ, ਕਿਉਂਕਿ ਚੱਕਰ ਪਤਾ ਕੀ ਪੈਂਦਾ ਉੱਥੇ, ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ, ਮੈਂ ਦੱਸਦਾ ਰੋਟੀ ਖਾ ਕੇ ਤੁਹਾਨੂੰ, ਰੋਟੀ ਆਈ ਵੀ ਮੇਰੇ ਵੀਰੇ ਰੋਟੀ ਖਾ ਦਿੰਦਾ, ਕਰ ਦਿੰਦਾ ਮੈਨੂੰ ਮੈਨੂੰ ਮਿਲ ਗਈ ਖ਼ਬਰ ਜਿਹੜੀ। ਮੈਂ ਵੀ ਮਿੱਤਰਾ ਕੰਮ ਦੁੱਧੋ ਦੁੱਧ ਆਇਆ ਪਿਆ ਜੀ, ਹੈਂ ਅੱਜ ਸਾਡਾ ਦੁੱਧ ਹੀ ਨਹੀਂ ਆਇਆ, ਕਿੱਥੇ ਆ? ਹੈਂ ਨਹੀਂ ਆਪਣਾ ਦੋ ਅੱਜ ਆਇਆ ਨਹੀਂ, ਮੁੰਡਾ ਠੀਕ ਨਹੀਂ ਹੋਣਾ ਅੱਜ। ਲੈ ਵੀ ਮੁੰਡੇ ਚੱਲੇ ਜਿੰਮ ਲਾਉਣ ਤੇ ਆਪਾਂ ਚੱਲਾਂਗੇ ਸ਼ਾਮਾਂ ਨੂੰ, ਸਰਪੰਚ ਤੇ ਗੁਰੀ ਚੱਲੇ ਜਿੰਮ ਤੇ ਮੈਂ ਤੇ ਹਰਮ ਲਾਵਾਂਗੇ ਸ਼ਾਮਾਂ ਨੂੰ, ਠੀਕ ਆ? ਆਪਾਂ ਸ਼ਾਮਾਂ ਟਾਈਮ ਕਰਦੇ ਹਾਂ, ਦਿਨ ਦਾ ਕਰ ਲੂਗਾ। ਚਲੋ ਬਈ ਜਾਓ। ਮੇਰੀ ਮਿੱਤਰਾ ਬਾਬੂ, ਤੇਰਾ ਕਮਰਾ ਸਭ ਤੋਂ ਪਹਿਲਾਂ ਤਿਆਰ ਹੋਣ ਡਿਆ ਜੀ, ਤੇਰਾ ਕਮਰਾ ਇਹੋ ਜਿਹਾ ਪਤਾ ਕਿਹੜਾ ਤਿਆਰ ਕਰਨਾ ਹਰਮਣਾ? ਰੋਇਲ ਰੋਇਲ ਟੱਚ ਦੇਣਾ ਬਾਬੂ ਦੇ ਕਮਰੇ ਨੂੰ,
पीओपी कब तक हो जाएगा भाई ये कमरा रेडी? कब तक हो जाएगा पीओपी? तो आज तो मतलब फ्रेमिंग हो जाएगा, वायरिंग होगा। अच्छा वायरिंग करेंगे, वायरिंग होगा तभी पीओपी। मेरा कमरा 5-7 दिन का रेडी कर देंगे। ले भी मित्रा टाइम एक ना आ गया, इतने बैठे बैठे टाइम लंघ गया। असल में ब्लॉग दा कि पिछे पै गया। अज अही ना काम बड़े करने वाले आर्किटेक्ट वाले भाजी है, डिस्कस बहुत ज्यादा गल्ला हो कोठी का काम खिंचीए, कम ढिला पाया। मैसेज कमेंट भी बड़े आए मैं कि भाजी कम बड़ा स्लो चलन डे, जान मेरी स्लो नहीं चलन डे, कम है ही बड़ा वा, है ना। हूँ 8 बंदे लगे आ, 3 मिस्त्री आ, तो लाड़ो साहब के 5 बंदे मजदूर जो कम कर, गर्मी बड़ी है ना। एक कम हौली हौली निबड़ना, कोई भी चीज़ हौली हौली होंगी। हूँ भाजी अच्छे फिर नवी चीज़ा कुछ साढ़े दिमाग से ही कुछ अं कमेंट पढ़े ढे सारे कि भाई आ भी चीज़ करा लिया, भी करा लिया, कुछ वो चीज़ ऐड कराइया। फिर कि हूँ तक लाड़ो साहब के नक्शा घट्टो घट्टे भी 15-20 बार चेंज करा लिया होना, जो स्टार्टिंग पहली बार नक्शा बनवाया ही ना, उतो लैके हूँ तक क्या अं अज 20 बार डिस्कस किया ना इस चीज़ से, फिर अज चेंज कराया जो मैं तो हूँ हरमन कट्ठे होने आगे। फिर साढ़े दिमाग कोई होर चीज़ आइटम नवी आई दी राखी, यह भी करा लीए, यह भी करा लीए। फिर अं अपने बाइटल वेहने थोड़ी जेब घुट के फिर चलना पैंता ना। चक्कर यह है कि हूँ भी आ बंदे पी ओ पी वाले लग पे अज, उन्होंने उन्होंने रहना भी इतने के बंद कह रहे हरमन एक और होने, इलैक्ट्रीशियन वाले भी आने, उन्होंने भी इतने रहना, उन्होंने वास्ते भी हम मंजे मुंजे लैन चले हैं शहरों, तो चलते हैं। क्योंकि लाड़ो टाइम कहना आ गया गुरुआ, माँ भी हम जिम ला के वापस आ गए, तो अं अजे घरों नहीं निकले, 4:30 हो गए लाड़ो साहब, 11 बजे तो अं बैठे डिस्कस कर रहे हैं सारिया गल् बातें चलन दियाँ इदा ही। सो यार होनी जाएंगे शहर नाले मंजे लैके ही है, काम होर बड़े करने वाले हैं भी। मित्रा गल इदा वा कि अज का सारा दिन साडा इदा लंघ गया, क्योंकि डिस्कस करते रहे कोठी बारे, तो कुछ ना कुछ चीज़ें दिमाग च आदि रही अगर तो ना गल कर कि जो चीज़ें दिमाग च आदि रही आपकी ज़्यादा भी करा लीए। गुजैश वेख लिंदा बंदा कि चल आते ना चादर वेख के पैर पसारने चाहिए आ, उस हिसाब ना कि कोई ना कुछ चीज़ें दिमाग च आदि। फिर आर्किटेक्ट भाई ने सलाह करी कि आह चीज़ आपको किन्ने की पेगी है ना। अज अपना वैसे प्लैन होर ही प्लैन अपना यही कि अंबरसर अपने ना एक काम करके आना, एक तो अपना वो पंप पिया गड्डिया धोने वाला उ, तो एक अपने ना व्हील मंगाए हैं आप 26 इंच के, वो वेख के आने बाई क निगाह मार जो व्हील आ गए आ, तो कहता कि वो तुम जो पाने के 2-4 दिन च। मैनू ये चक्कर पैन दिया कि व्हील पाने तो पहले मेरा इरादा कि उन्होंने PPF गड्डी करवा ला है ना, जो निके मोटे काम वो जिदा अपने मैट रखने वाले या सीट कवर पैन वाले होर निके निके इंडेवर के बहुत ज्यादा काम होने वाले आ। तो मैं मेरा लगता है कि अपने वो को अपने कनाल बाई को जो अपना PPF जिन्हें बाई ने गड्डी करनी डिटेल मास्टर वाला भाऊ अपना तो क्रिएटिव वाले भाऊ जिन्होंने व्हील पा के देने हैं, मेरा इरादा है कि दोवें भाऊ मिल के आवं अज तो डिस्कस करके आवं, तो पर अं लेट बड़ा हो गए पर हजे भी दिन बड़ा पे 3 बजे है, क्योंकि काम करते भी करने वाले ही घर हूँ। यह है कि मेरे नाल के पुछी जाते कहते चंडीगढ़ जाना, मैं चंडीगढ़ जाने का कोई प्लैन नहीं क्योंकि पिंड काम बड़ा करने वाला वा, घा घू चढ़ के आ गया बंदे सवेरे 2-4 होर लिया गए पार्क की सफाई करवा वाली है कि जो लाइए हिसाब के जो बंदा काम करने वाला निके निके काम नहीं मुकते, भावें बंदा कुछ ना कुछ करता रहे, तो जो बंदा काम करने वाला नहीं है काम चोरिया तो वह भावें कुछ ना करे है ना, उन्हें कहना चल यार कल कर लाँगे। तो करके कि मैनू यह आ, मैनू यह आ एक रेता भी लैके आनी, रेता ना हजे सरी जान दिया, रेता सवेरे लैवेंगे तो गड्डी वाला काम अंबरसर जाइए, क्योंकि गड्डी वाला काम मैं करना गड्डी तो लगनी 3-4 दिन लगने जो PPF पेपर होनी है, तो मैं उसने भी डिस्कस करा वा तो की माहौल चल पाता। बाकी चलते हैं शाम को जिम भी लाना वा, क्योंकि जिम की रूटीन भी शुरू करनी है, कोई शरीर बहुत ज़्यादा मतलब कि वेट नहीं घटिया, वेट उन्ना ही आ 99-90 किलो, पर यह कि बॉडी पंपिंग घट गई आ, तो वह करके जिम भी शुरू करना अज ही शुरू करना, मतलब कि अगे जो जाने तो पहले शुरू कर लिया ही, बाद फिर जो चल गए यात्रा से तो हूँ आ के फिर दोबारा एक बार 2-4 दिन मिक्स एक्सरसाइज लानी पैनी, पर जे शुरू करा तो फिर ही होना, जे ना आ गए भावें 1/2 घंटा ला के ही जाना जरूर, अब पहले अंबरसर चलते हैं फिर उतो आ गए फिर आ काम करा। चलिए फिर माँ भी नहीं आ गए, उन्होंने मैं जनाले घला अद्धा काम वो कर आता, जनाले काम 2-4 घर आते आप अंबरसर हो गए क्योंकि यार भी नाले राणी में क्ढ़ीए, पूरे 11 दिन हो गए बंद पई इदा ही, 11 के 12वां दिन है मेरे हिसाब ना, अच्छ इनू करिए स्टार्ट तो अंबरसर गेड़ा कढ़ के। चल भी मित्रा चलीए शहर न, गड्डिया की एक रोके रिपोर्ट करा देंगे हम, बाबा सुख रखे ना कि मोडिफिकेशन हलों, तो बाबा सुख रखी हूं ना जिदा निगा मोटा काम आया स्टेयरिंग दिया वेखो की बनया पैदा सारी खराब हुई पी ना, यह सारिया चीज़ा सीट कवर मैट सारिया गड्डिया दें एक टली कर देने, उस तो बाद फिर वेखा कोई गड्डी नवी लैन बारे सोचा हले आने ना कि जो आप कोई भी गड्डी लें नवी गड्डी तो बंदा लवे ना कि जो पुरानी अपनी जमा ही खराब हो गई है ना, जे आप पुरानी गड्डी ही सही कराई जाइए ना तो लोड़ नहीं पीती नवी गड्डी लैन की मेरे हिसाब ना,
ਕਿਉਂਕਿ 15 ਲੱਖ ਦੀ ਨਵੀਂ ਆ ਗੱਡੀ ਐਕਸ ਯੂਵੀ ਆ ਜੇ 15 16 ਲੱਖ ਦੀ ਨਵੀਂ ਆ ਤੇ ਜੇ ਉਹ ਆਪਾਂ ਪੁਰਾਣੀ ਤੇ ਵੱਧ ਤੋਂ ਵੱਧ ਜ਼ਿਆਦਾ ਨਹੀਂ ਤੇ ਲੱਖ ਡੇਢ ਲੱਖ ਰੁਪਏ ਵੀ ਲਾ ਦਾਂਗੇ ਨਾ ਐ ਜਮਾ ਓਕੇ ਰਿਪੋਰਟ ਹੋ ਜਾਣਾ ਕੰਮ ਸੋ ਪੁਰਾਣੀ ਦੇ ਬੰਦਾ ਸਾਂਭ ਸੂੰਭ ਕੇ ਰੱਖੇ 15 ਲੱਖ ਲਾਉਣ ਨੂੰ ਚੰਗਾ ਕਿ ਨਹੀਂ ਪਿੰਡ ਦੇ ਕੰਮ ਹਰਿਆਲੀ ਹੋਇਆ ਪਿਆ ਆਹ ਥਾਂ ਸੁੱਕਾ ਸੀ ਸਾਨੂੰ ਇਹੀ ਕਿ ਚੱਲ ਇਹਨੂੰ ਵਾਹਵਾਂਗੇ ਅਤੇ ਇਹਦੇ 'ਚ ਸੈਟਿੰਗ ਮੈਟਿੰਗ ਕਰਾਂਗੇ ਅਤੇ ਫਿਲਹਾਲ ਅੱਜ ਆਰਕੀਟੈਕਟ ਭਾਈ ਨਾਲ ਸਲਾਹ ਹੋਈ ਹੈ ਕੋਈ ਵੀ ਚੀਜ਼ ਅਸੀਂ ਉਹਨਾਂ ਆਪਣੇ ਕੋਲੋਂ ਨਹੀਂ ਕਰਨੀ ਫਿਲਹਾਲ ਅੱਗੇ ਜਿੱਦਾਂ ਪਿਆ ਸੀ ਅਸੀਂ ਉਦੋਂ ਬਣਵਾ ਲਿਆ ਚਲੋ ਬਾਅਦ 'ਚੋਂ ਆਪਣਾ ਪਲੈਨ ਬਣਿਆ ਕੋਠੀ ਬਣਾਉਣ ਦਾ ਅਤੇ ਇਹ ਹਜੇ ਲਾ ਲਓ ਹਿਸਾਬ ਤੁਸੀਂ ਕਿ ਪਿਆ ਵੀ ਚੌੜਾ ਹੋਣਾ ਅਤੇ ਆਹ ਅੱਜ ਥਾਂ ਖਾਲੀ ਛੱਡਿਆ ਇਹਦੇ ਵਿੱਚ ਵੀ ਬੜਾ ਕੁਝ ਬਣਨਾ ਮਤਲਬ ਕਿ ਆਪ ਮੈਂ ਕੋਈ ਪੰਗਾ ਨਹੀਂ ਲੈਣਾ ਹੁਣ ਜਿਹੜੀ ਚੀਜ਼ ਆਪਾਂ ਸਾਰੀ ਆਪਾਂ ਆਪਣੇ ਆਰਕੀਟੈਕਟ ਵਾਲੇ ਭਾਅ ਜੀ ਦੇ ਛੱਡ ਦੀ ਕਿ ਤੁਸੀਂ ਕਰਾਉਣਾ ਜੋ ਵੀ ਕਰਾਓ ਆਪਣੇ ਹਿਸਾਬ ਨਾਲ ਅਤੇ ਬਸ ਆਹ ਚੱਕਰ ਆ ਗੱਲ ਵਿਆਹ ਬਾਅਦ ਆ ਬਾਕੀ ਗੱਡੀਆਂ ਦੇ ਵੀਲਾਂ ਵਾਲਾ ਵਾ ਕਿ ਵੀਲਾਂ ਵਾਲਾ ਵੀ ਇੱਕ ਆਪਾਂ ਸਟੋਰ ਮਤਲਬ ਕਿ ਇੱਕ ਨਾ ਕਮਰਾ ਜਿਹਾ ਥੋੜ੍ਹਾ ਜਿਹਾ ਵੱਖਰਾ ਬਣਵਾ ਲੈਣਾ ਉਹ ਬਣਵਾਉਣ ਦਾ ਕਾਰਨ ਕੀ ਆ ਜਿੱਦਾਂ ਆਪਾਂ ਵੀਲ ਕੀਰਾਂ ਲਾ ਕੇ ਦੁਕਾਨ 'ਤੇ ਰੱਖ ਆਈਦੇ ਆ ਅਤੇ ਬਾਅਦ 'ਚੋਂ ਆਪਣੇ ਉੱਥੇ ਵੀਰਾਂ ਪਏ ਰਹਿ ਜਾਂਦੇ ਜਾਂ ਉੱਥੇ ਵੀ ਵੀਰਾਂ ਅਗਲਿਆਂ ਦਾ 100 ਕੰਮ ਹੁੰਦੇ ਉੱਥੇ ਮਿਸਪਲੇਸ ਹੋ ਜਾਂਦਾ ਹੈ ਤਾਂ ਕਿ ਗੱਲ ਇੱਦਾਂ ਵਾ ਕਿ ਉਹ ਵੀ ਆਪਾਂ ਘਰੇ ਲਿਆ ਕੇ ਰੱਖ ਲਿਆ ਕਰਨੇ ਆ ਅਤੇ ਜਿਹੜੇ ਐਸ ਵਾਲੇ ਵੀਲ ਸੀ ਆਪਣੇ ਡਰਾਈਵਰ ਨੂੰ ਸਭ ਤੋਂ ਆਪਾਂ ਜਿਹੜੇ ਤੁਸੀਂ ਸਾਰੇ ਭਰਾ ਕਹਿੰਦੇ ਕਿ ਬਾਈ ਉਹ ਵੀਲ ਤੁਸੀਂ ਸੇਲ ਨਹੀਂ ਕਰਨਾ ਸੀ ਜਾਣੇ ਮੇਰੀ ਉਹ ਸੇਲ ਕਰਨ ਵਾਲੇ ਆਪਾਂ ਕਰਦੇ ਆ ਪਰ ਆਪਾਂ ਉਹਦੇ ਨਾਲ ਤਾਂ ਇੱਕ ਵੀਲ ਦਾ ਸੈੱਟ ਨਵਾਂ ਲੈ ਕੇ ਆਪਾਂ ਆਪਣੇ ਕੋਲ ਆਪਾਂ ਰੱਖ ਲੈਣਾ ਕਈ ਵਾਰ ਕੀ ਹੁੰਦਾ ਕਿ ਉਹ 'ਚ ਦੁਬਾਰਾ ਨਹੀਂ ਮਿਲਦੀਆਂ ਮਾਰਕੀਟ 'ਚੋਂ ਹੀ ਖਤਮ ਹੋ ਜਾਂਦੀਆਂ ਹੁਣ ਜਿੱਦਾਂ ਆਪਣੇ ਜਿਹੜੇ ਵੀਲ ਸੀ ਨਾ ਪਹਿਲਾਂ ਜਿਹੜੇ ਸਭ ਤੋਂ ਪਹਿਲਾਂ ਹਾਰਡ ਕਰੋਮ ਪਾਏ ਸੀ ਉਹਦੇ 'ਚ ਕਾਪੀ ਆਉਣ ਡਿਆ ਪਈ ਸੀ ਪਰ ਉਹ ਹਾਰਡ ਕਰੋਮ ਓਰੀਜਨਲ ਬਾਅਦ 'ਚੋਂ ਕਦੀ ਵੀ ਨਹੀਂ ਮਿਲੀ ਹੈ ਨਾ ਮੇਰੇ ਵਾਲੇ ਉਹ ਟੁੱਟ ਗਏ ਸੀ ਅਤੇ ਇਹ ਚੀਜ਼ ਆਪਾਂ ਹੁਣ ਕਰ ਲੈਣੀ ਕਿ ਜਿਹੜੇ ਆਪਣੇ ਐਸ ਵਾਲੇ ਵੀਲ ਆ ਉਹ ਆਪਾਂ ਲੈ ਕੇ ਹੁਣ ਆਪਣੇ ਕੋਲ ਰੱਖ ਲੈਣੇ ਲੈ ਵੀ ਮਿੱਤਰਾ ਬਾਕੀ ਚੱਲਦੇ ਹਾਂ ਹਰਮਨ ਨਾਲ ਮੰਦੇ ਨੂੰ ਚੱਕ ਲਿਆ ਮੈਂ ਨਾਲ ਮੈਂ ਚੱਲ ਤਾਂ ਅੰਮ੍ਰਿਤਸਰ ਘੁੰਮਾ ਕੇ ਲਿਆਵਾਂ ਅੰਮ੍ਰਿਤਸਰ ਦੋ ਚਾਰ ਸਹੀ ਗੱਲ ਅੰਮ੍ਰਿਤਸਰ ਗਏ ਨਹੀਂ ਪਰ ਅੰਮ੍ਰਿਤਸਰ ਚੱਲੇ ਸੀ ਫਿਰ ਮਿੱਤਰੋ ਕੰਮ ਲਈ ਆ ਅਸੀਂ ਵਿਹਲੇ ਕਿਤੇ ਅਸੀਂ ਆਡਾ ਉਹ ਕੰਮ ਹੈ ਨਹੀਂ ਕਿ ਵਿਹਲੇ ਕਿਤੇ ਗੇੜੀਆਂ ਮਾਰ ਦਈਏ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਇੰਨਾ ਉਹ ਇਹ ਆ ਕਿ ਕੰਮ ਦੇ ਨਾਲ ਨਾਲ ਗੇੜੀ ਵੱਜ ਜਾਂਦੀ ਮੱਠੀ ਮੱਠੀ ਗੇੜੀਆਂ ਹੀ ਮਾਰ ਦਿੰਦੀ ਉਹ ਵੀ ਕਦੀ ਗੇੜੀ ਖਾ ਪੀ ਲਿਆ ਉੱਥੋਂ ਕਿ ਮਾਰਕੀਟ 'ਚੋਂ ਅਸੀਂ ਦੂਜੀ ਗੇੜੀ ਨਹੀਂ ਮਾਰਦੇ ਆਹ ਕਿਹੜੀ ਹੁੰਦੀ ਆ ਉਹ ਆਸ਼ਕ ਪੱਠਿਆਂ ਵਾਲੀ ਉਹ ਨਹੀਂ ਸਾਡੀ ਚੱਲਦੀ ਠੀਕ ਆ ਅਤੇ ਨਾ ਹੀ ਮਾਰਦੇ ਅਸੀਂ ਉਹ ਕੰਮ ਤੋਂ ਬਾਬੇ ਦੀ ਕਿਰਪਾ ਨਾਲ ਬਹੁਤ ਦੂਰ ਹੈ ਆਪਣੇ ਕੰਮ ਵੱਲ ਧਿਆਨ ਦੇਈਦਾ ਅਸੀਂ ਬੁੱਢੀ ਬਾਜ ਨਹੀਂ ਨਾ ਹੈਗੇ ਨਾ ਅਸੀਂ ਬੁੱਢੀਆਂ ਕੇ ਜਾ ਛੱਡਦੇ ਹਾਂ ਬਲਾ ਬਲਾ ਹਰਮਨ ਨਿਵਾਸ ਕੀ ਲਿਖਾਇਆ ਨੇ ਰੰਧਾਵਾ ਨਿਵਾਸ ਸੁਖਵੰਤ ਸਿੰਘ ਲਾਲਪੁਰੀ 751 ਨੰਬਰ ਘਰ ਇਹ ਮੈਨੂੰ ਪਤਾ ਨਹੀਂ ਜਾਣ ਕੇ ਲਿਖਾਇਆ ਜੀ ਅੱਡ ਦੇ ਇੱਧਰ ਨੰਬਰ ਹੀ ਲੋਟ ਹੋਏ ਹੈ ਇੱਧਰ ਵੇਖ ਲਾਈਟਾਂ ਸਸਤੀਆਂ ਦਾ ਆਹ ਨੁਕਸਾਨ ਹੀ ਮੈਂ ਮਹਿੰਗੀਆਂ ਵੀ ਹੋ ਗਈਆਂ ਨਾ ਇਹਨੂੰ ਮੈਂ ਕਿਹਾ ਵੀ ਇੱਦਾਂ ਨਾ ਕਰਾਂ ਵੇਖ ਲਾ ਕਿੱਦਾਂ ਗੋਲਡਨ ਟੈਂਪਲ ਵਾਲਾ ਰੋਡ ਬਣਾਇਆ ਹੋਈ ਨਾ ਨਹੀਂ ਸੋਹਣਾ ਬਣਿਆ ਚੀਜ਼ ਤਾਂ ਇੱਦਾਂ ਸੋਹਣੀ ਲੱਗਣ ਦੀ ਚੀਜ਼ ਤਾਂ ਸੋਹਣੀ ਲੱਗਣ ਦੀ ਹੈ ਬਸ ਇਹ ਕਿ ਪੈਸੇ ਲੈਣ ਦਾ ਮੁੱਲ ਮੁੜ ਜਾਂਦਾ ਇੰਨੇ ਕੁ ਥਾਂ 'ਤੇ ਰੁਪਈਆ ਪਤਾ ਨਹੀਂ ਕਿੰਨੇ ਕੁ ਲਾਦੇ ਇਹਨੇ ਇਹਨੂੰ ਪੁੱਛ ਰਹੇ ਹਾਂ ਕਿੰਨੇ ਕੁ ਪੈਸੇ ਲਾ ਦੇ ਸੱਜਣਾ ਹੈ ਕਿੱਦਾਂ ਦੀ ਕੀ ਜ਼ਿੰਦਗੀ ਮਾਰੀ ਇਹਦੇ ਵਿੱਚ ਖਜ਼ਾਨਾ ਰੱਖਿਆ ਦੇ ਵਿੱਚ ਹੈ ਖਜ਼ਾਨਾ ਰੱਖਿਆ ਦੇ ਵਿੱਚ ਵੇ ਇਹਨੂੰ ਗੱਲਾਂ ਕਰੀਆਂ ਪਈਆਂ ਕੰਨ ਨੂੰ ਲੈ ਵੀ ਮਿੱਤਰਾ ਗੱਲ ਇੱਦਾਂ ਮੈਂ ਮੈਨੂੰ ਪੁੱਛਿਆ ਮੈਂ ਕਿਹਾ ਨਿੱਕੀ ਜਿਹੀ ਝੋਂਪੜੀ ਦੇ ਪੈਸੇ ਕਿੰਨੇ ਲੱਗ ਗਏ ਤੇ ਪੈਸੇ ਜਿਹਦਾ ਹੁਣ ਦੱਸੀਏ ਤੁਸੀਂ ਕਹਿੰਦੇ ਐਵੇਂ ਲੱਗ ਗਏ ਪਰ ਜਦੋਂ ਤੁਸੀਂ ਆਪ ਲਾਓਗੇ ਫਿਰ ਤੁਹਾਨੂੰ ਲੱਗਣਾ ਕਿ ਇੰਨੇ ਲੱਗਦੇ ਨੇ ਹੈ ਕਿੰਨੇ ਲੱਗ ਗਏ ਦੱਸ ਕਿੰਨੇ ਲੱਗ ਗਏ 4 ਲੱਖ ਟੱਪ ਗਏ ਇਹ ਕਹਿੰਦਾ ਕਿ 4 ਲੱਖ ਟੱਪ ਗਿਆ ਪਰ ਮੈਂ ਚੀਜ਼ ਨੂੰ ਮੰਨਦਾ ਵਾਂ ਕਿ 4 ਟੱਪ ਗਿਆ ਕਿਉਂਕਿ ਆਪਣੇ ਘਰੇ ਕੰਮ ਚੱਲਣ ਡਿਆ ਨਾ ਅਤੇ ਕੰਮ ਇੱਦਾਂ ਵਾ ਕਿ ਕੰਮ ਮਹਿੰਗਾਈ ਬੜੀ ਹੋ ਗਈ ਆ ਲੱਕੜ ਜੀ ਲੈਣ ਜਾਈਏ ਸ਼ਹਿਰ 'ਤੇ ਬਾਂਸ ਜੇ ਬੜੇ ਮਹਿੰਗੇ ਹੁੰਦੇ ਵਿਆਖਿਆ ਨਾਲ ਇਹ ਕਹਿਣਾ ਕਿ ਬਾਈ ਇਹ ਬਾਂਸਾਂ ਜਿਹਾ 4 ਲੱਖ ਲਾਤਾ ਜੀ ਡੰਡਿਆਂ ਦੇ ਹਿਸਾਬ ਨਾਲ ਦਿੰਦੇ ਨਹੀਂ ਕਿੰਨੇ ਡੰਡਾ ਸਹੀ ਗੱਲ ਪੰਜਾਵਾਂ ਦਾ ਡੰਡਾ ਇੰਨੇ ਦਾ ਡੰਡਾ ਅਤੇ ਆਹ ਹਿਸਾਬ ਜੀ ਸਹੀ ਉਹ ਵੱਲ ਉਹ ਗੱਲ ਨਹੀਂ ਨਾ ਬਣਦੀ ਉਹ ਵੱਡੇ ਛੋਟੇ ਹੁਣ 50 ਰੁਪਏ ਦਾ ਡੰਡਾ ਦਿੰਦੇ ਵੀ ਇਹਦੇ ਪੂਰਾ ਮਿੰਤੀ ਵਾਲਾ ਨਾ ਹੈ ਗੱਲ ਇੱਦਾਂ ਲੇਬਰ ਬੜੀ ਪਿੰਗੀ ਪੈਂਦੀ ਹੈ ਨਾ ਲੇਬਰ ਦੇ ਪੈਸੇ ਵੱਖਰੇ ਪੈਣੇ ਸਮਾਨ ਦੇ ਵੱਖਰੇ ਪੈਣੇ ਆ ਅਤੇ ਬਾਕੀ ਇੱਦਾਂ ਵਾ ਕਿ ਨਿੱਕਾ ਨਿੱਕਾ ਸਮਾਨ ਲੱਗਾ ਬੜਾ ਜਿੱਦਾਂ ਉਹ ਏਸੀ ਲਾਇਆ ਵਾ ਤੂੰ ਲਾੜਾ ਸਾਹਿਬ ਕੇ ਉਹ ਆਹ ਨਿੱਕੇ ਨਿੱਕੇ ਆਹ ਲਾਈਟਾਂ ਇਹਨੀਆਂ ਵਿੱਚ ਲਾਈਆਂ ਵਾ ਇਹ ਕਿ ਤੁਸੀਂ ਫਰੀ ਤਾਂ ਨਹੀਂ ਦੇ ਦਿੰਦੇ ਇਕੱਲੇ ਬਾਂਸਾਂ ਨਾਲ ਦੱਸ ਦੇਣੀ ਬਾਕੀ ਤੁਹਾਨੂੰ ਮੋਟਾ ਮੇਰੀ ਗੱਲ ਸੁਣ ਕਰਨੀ ਸੌਖੀ ਆ ਮੋਟੇ ਮੋਟੇ ਖਰਚ ਦੱਸਾਂ ਮੋਟੇ ਮੋਟੇ 500 ਦੀ ਤਾਂ ਲਾਈਟ ਹੀ ਹੋਣੀ ਮੇਰੇ ਸਾਨਾ ਉਹ ਛੋਟੀ ਲਾਈਟ ਵੀ ਹੈਗੀ ਆ ਉਹਦੀ ਵਿੱਚ ਵੱਡੀਆਂ ਲਾਈਆਂ ਉਹਦੀਆਂ ਉਹ ਕਿੱਥੇ ਗਈ ਸਾਡੀ ਦਿਖਣੀ ਡਈ ਮੈਨੂੰ ਇਹ ਉਹ ਜਿਹੜੀ ਏਸੀ ਦੇ ਪਿਛਲੇ ਪਾਸੇ ਲੱਗੀ ਆ ਉਹ ਲਾਈਟ ਕਿੰਨੇ ਦੀ ਉਹ ਲਾਈਟ ਵੀ ਮਹਿੰਗੀ ਆ ਨਾ ਉਹ ਤੋੜ ਤੱਕ ਤੇ ਲੱਗੀਆਂ ਲਾਲਾ ਸਾਹਿਬ ਭਲਾ ਭਲਾਈ ਪਈ ਅੰਦਰ ਵੀ ਹੈ ਕਿੱਦਾਂ ਸੁੱਤੇ ਉੱਠੋ ਤਾਂ ਚੱਲ ਚੱਲੀ ਅੰਮ੍ਰਿਤਸਰ ਤਪਦੀ ਨਹੀਂ ਹੈ ਨਾ ਏਸੀ ਕਰਕੇ ਤਪਦੀ ਨਾ ਓਕੇ ਰੋਡ ਕੰਮ ਉੱਠ ਤਾਂ ਚੱਲੀ ਆਪਾਂ ਯਾਰ ਲੇਟ ਬੜਾ ਹੋ ਜਾਣਾ ਫਿਰ ਤੇ ਚੱਲ ਆ ਮੰਨੇ ਉੱਠ ਤਾਂ ਉੱਠੋ ਕਹਿਣ ਦਾ ਮੁੰਡਾ ਕਹਿੰਦਾ ਨਾਲੇ ਗੱਡੀ ਪਾਸੇ ਕਰਨ ਦੇ ਲੰਘਾਉਣਾ ਕੁਝ ਲੈ ਵੀ ਮਿੱਤਰਾ ਝੋਂਪੜੀ ਦੀ ਤੁਹਾਨੂੰ ਜਿਹੜੀ ਇੰਟਰੋ ਆ ਕੇ ਦੱਸਦਾ ਕੀ ਲਵਾਇਆ ਦੇ ਵਿੱਚ ਅਸੀਂ ਸ਼ਹਿਰੋਂ ਹੋਈ ਅਸੀਂ ਫਿਲਹਾਲ ਬਹੁਤ ਜ਼ਿਆਦਾ ਲੇਟ ਹੋ ਗਏ ਹਾਂ ਸ਼ਹਿਰ ਵਾਲੇ ਕੰਮ ਕੱਢ ਕੇ ਫਿਰ ਆ ਕੇ ਮਿਲਦੇ ਹਾਂ ਝੋਂਪੜੀ ਦੇ ਵਿੱਚ ਕਰਦੇ ਹਾਂ ਗੱਲਬਾਤ ਚੱਲ ਵੀ ਮਿੱਤਰਾ ਚਲੀ ਅੰਮ੍ਰਿਤਸਰ ਨੂੰ ਰਾਣੀ ਕਹਿੰਦੀ ਤੇਲ ਵੀ ਪਾ ਕੇ ਦਿਓ ਮੇਰੇ 'ਚ ਖਲੋਤੀ ਤੇਲ ਪੀ ਲੱਗਦਾ ਮੈਨੂੰ ਹੈ
ਅੱਜ ਮੈਂ ਕਿਹਾ ਵੀਲ ਚੈੱਕ ਕਰੀਏ ਫਿਰ ਜਾ ਕੇ ਅਤੇ ਨਾਲੇ ਪੀ ਪੀ ਐੱਫ ਵਾਲੀ ਵੀ ਗੱਡੀ ਹਰ ਮੈਂ ਆਪਾਂ ਲਾ ਦੇਣੀ ਆ ਕਰਕੇ ਨਾ ਕਈ ਰਾਂ ਵੀਰ ਕੋਈ ਗੱਡੀਆਂ ਹੁੰਦੀਆਂ ਪਹਿਲਾਂ ਕੰਮ ਜੇ ਚੱਲਣ ਡਿਆ ਫਿਰ ਆਪਾਂ ਵੀਲ ਪਹਿਲਾਂ ਪਵਾ ਲਾਂਗੇ ਅਤੇ ਜੇ ਕੰਮ ਨਾ ਚੱਲਣ ਡਿਆ ਕਿ ਵੀਰ ਕਹਿੰਦਾ ਗੱਡੀ ਦੇ ਜਾਓ ਫਿਰ ਆਪਾਂ ਪਹਿਲਾਂ ਗੱਡੀ ਕੱਲ੍ਹ ਜਾਂ ਪਰਸੋਂ ਪਾ ਫੜਾ ਜਾਣੀ ਆ ਉਹੀ ਦੋ ਤਿੰਨ ਦਿਨ ਤਾਂ ਕਿਉਂਕਿ ਥਾਰ ਥਾਰ ਨੂੰ ਲੱਗੇ 3 ਦਿਨ ਡਰਾਈਵਰ ਨੂੰ ਤੇਰੇ ਸਾਹਮਣੇ ਜ਼ਿਆਦਾ ਨਹੀਂ ਤਾਂ 4 ਕੁ ਦਿਨ ਤਾਂ ਲੱਗ ਜਾਣੇ ਜੇ ਪ੍ਰੋਪਰ ਵਧੀਆ ਤਰੀਕੇ ਨਾਲ ਕਰਾਉਂਦੇ ਹਾਂ ਤਾਂ ਕਰਕੇ ਮੈਂ ਕਹਿੰਦਾ ਨਾਲੇ ਗੇੜਾ ਕੱਢ ਆਵਾਂਗੇ ਨਾਲੇ ਕੁਝ ਖਵਾ ਪਿਆ ਲਿਆਵਾਂ ਮੈਂ ਸੱਜੀਆਂ ਨੂੰ ਹੈਂ ਬਿਮਾਰ ਹੋਣ ਦਾ ਕਾਰਨ ਕੀ ਸੀ ਕੁੱਤੇ ਨੇ ਵੱਡੀ ਦੰਦੀ ਦੇ ਹਰਮਣਾ ਨੂੰ ਹਲਕਾ ਲਾ ਜਾਂਦਾ ਟੀਕੇ ਲਗਦੇ ਰਹੇ ਆ ਤੇ ਹਲਕਾ ਲਾ ਟੀਕੇ ਗਰਮ ਬੜੇ ਹੁੰਦੇ ਆ ਨਹੀਂ ਨਹੀਂ ਇਹ ਚੀਜ਼ ਤੇ ਹੈਗਾ ਹੀ ਬਾਕੀ ਟੈਨਸ਼ਨ ਤੇ ਲੈ ਗਿਆ ਕਿਤੇ ਹਲਕਾ ਨਾ ਜੀ ਟੈਨਸ਼ਨ ਤੇ ਲੈ ਗਿਆ ਕੋਈ ਸ਼ੱਕ ਨੀ ਟੈਨਸ਼ਨ ਬਹੁਤ ਜ਼ਿਆਦਾ ਲੈ ਗਈ ਯਾਰ ਨਾ ਪੁੱਛਦਾ ਹੱਥ ਦੇ ਨੀ ਚੱਲੇ ਰਹਿੰਦੇ ਨੀ ਮੈਂ ਗੇਅਰ ਨਾ ਕੱਢ ਕੇ ਚੱਲਦੀ ਗੱਡੀ ਦਾ ਬਾਕੀ ਜਿਹੜੇ ਤੁਸੀਂ ਕਹਿਣ ਡੇ ਉਹਨਾਂ ਦੇ ਕਰਮਾਂ ਚ ਹੈ ਨੀ ਆ ਜਿੱਦਾਂ ਹੁਣ ਮੈਨੂੰ ਮੈਂ 30 ਸਾਲਾਂ ਬਾਅਦ ਗਿਆ ਲਾ ਲਓ ਸੋ 30 ਸਾਲ ਮੇਰੀ ਉਮਰ ਹੋ ਗਈ ਹੈ ਹੁਣ ਜਾ ਕੇ ਜਿਹੜੇ ਕਰਮਾਂ ਚ ਉਹ ਚੀਜ਼ ਹੈਗੀ ਹੀ ਹੋਏ ਬਾਕੀ ਜਿਹਦੇ ਕਰਮਾਂ ਜਦੋਂ ਹੋਊਗੀ ਤੇ ਉਦੋਂ ਚੱਲ ਜਾਣਗੇ ਬਾਕੀ ਮੈਂ ਜਿਹੜਾ ਹੁੰਦੇ ਨਾ ਅਰਦਾਸ ਬੇਨਤੀ ਉੱਥੇ ਸਾਰੇ ਭਰਾਵਾਂ ਦੀ ਕਰਾਈ ਸੀ ਕਿ ਜਿੰਨੇ ਮੇਰੇ ਯਾਰ ਮਿੱਤਰ ਆ ਜਾਂ ਜਿਹੜੇ ਸਾਨੂੰ ਵੇਹਦੇ ਆ ਜਿਹੜੇ ਪਿਆਰ ਕਰਦੇ ਆ ਰੱਬ ਸਾਰਿਆਂ ਦੀ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਉਹ ਚੀਜ਼ ਦੀ ਮੈਨੂੰ ਪਰਚੀ ਵੀ ਮਿਲੀ ਜੇ ਪਰੂਫ ਚਾਹੀਦਾ ਵੀ ਦੇ ਦਿਓ ਦੱਸ ਦਿਓ ਉਹ ਵੀ ਵਿਖਾ ਦਾਂਗੇ ਹੈ ਨਾ ਬਾਕੀ ਹਰ ਇੱਕ ਚੀਜ਼ ਦਾ ਨਾ ਹਰ ਇੱਕ ਚੀਜ਼ ਦੱਸਣੀ ਜ਼ਰੂਰੀ ਨਹੀਂ ਪਰ ਮੈਂ ਆ ਚੀਜ਼ ਦੱਸਣ ਤਾਂ ਡਿਆ ਵਾਂ ਕਿ ਉਹ ਵੀਰ ਜਿਹੜੇ ਨਹੀਂ ਵੀ ਨਾ ਗਏ ਉਹਨਾਂ ਦੀ ਅਰਦਾਸ ਬੇਨਤੀ ਆਪਾਂ ਉੱਥੇ ਕਰਵਾਈ ਮਹਾਰਾਜ ਦੇ ਕਿ ਬਾਬਾ ਸਾਰਿਆਂ ਨੂੰ ਸੁੱਖ ਸ਼ਾਂਤੀ ਬਖਸ਼ੇ ਹੈ ਨਾ ਅਤੇ ਚੜ੍ਹਦੀ ਕਲਾ 'ਚ ਰੱਖੇ ਇਹ ਅਰਦਾਸ ਬੇਨਤੀ ਸਾਰਿਆਂ ਦੀ ਕਰਵਾ ਕੇ ਆਈ ਮੈਂ ਵੀ ਮਿੱਤਰਾ ਕਹਿੰਦੇ ਮੁੰਡੇ ਪਹੁੰਚ ਗਏ ਅੰਮ੍ਰਿਤਸਰ ਕਿਆ ਬਾਤਾਂ ਹੋਈਆਂ ਪਈਆਂ ਉਹਦੇ ਜੀਆ ਇੱਕ ਜੀ ਮੈਂ ਸੋਚਣ ਡਿਆ ਅੰਮ੍ਰਿਤਸਰ ਆਈ ਹੋਈ ਹੈ ਨਾ ਕਿ ਉਹਨੂੰ ਪੈਸੇ ਖਰਚਣ ਦੀ ਲੋੜ ਨਹੀਂ ਪੈਂਦੀ ਜੇ ਚਾਹੀਦੀ ਫਰੀ ਇੱਥੋਂ ਰੱਜ ਕੇ ਜਾ ਸਕਦੇ ਜਿੰਨੇ ਸਾਡੇ ਸੱਜਣੇ ਨੇ ਇੱਥੇ ਜਿੰਨੀ ਸਾਡੀ ਸੇਵਾ ਪਾਣੀ ਆ ਉਹ ਭਗਤ ਹੁੰਦੀ ਹੈ ਨਾ ਅਤੇ ਅੰਮ੍ਰਿਤਸਰ ਆਉਂਦੇ ਸਾਡੇ ਕੰਮ ਵੀ ਬੜੇ ਹੋਏ ਨੇ ਅਤੇ ਫਾਇਦੇ ਬੜੇ ਹਨ ਅੰਮ੍ਰਿਤਸਰ ਆਉਂਦੇ ਅੱਜ ਤੇ ਹੈ ਚਾਹ ਆਉਂਦੇ ਮਿਲ ਪਈ ਆ ਬਿਸਕੁਟ ਦਾ ਡੱਬਾ ਅਸੀਂ ਵਿਹਲਾ ਕਰਤਾ ਆ ਅਤੇ ਇਸ ਤੋਂ ਬਾਅਦ ਸਾਡੇ ਸੈਂਡਵਿਚ ਆਉਣ ਡੇ ਅਤੇ ਅਸੀਂ ਅਸੀਂ ਕਿਉਂ ਨਾ ਅੰਮ੍ਰਿਤਸਰ ਆਈਏ ਹੈ ਆ ਡੱਬਾ ਪੂਰਾ ਭਰਿਆ ਜੀ ਤੁਸੀਂ ਇੱਥੋਂ ਆਏ ਨੱਕੋ ਨੱਕ ਭਰਿਆ ਸੀ ਹੈਂ ਨਹੀਂ ਰਮਣਾ ਆ ਵੀ ਟੋਕੇ ਪਤਾ ਕਿੰਨੇ ਤੇਜ਼ ਮੇਰੇ ਬੰਦਿਆਂ ਦੇ ਸ਼ਾਲੇ ਪਤਾ ਕਰਿਆ ਕਰਨਾ ਜਦੋਂ ਗਾਹ ਤੁਸੀਂ ਆਇਆ ਕਰਨਾ ਨੇ ਵੇਖਣਾ ਕੈਮਰੇ 'ਚ ਕਿਉਂ ਨਹੀਂ ਆਏ ਡੱਬਾ ਚੁੱਕੋ ਬਿਸਕਾਉਣਾ ਬੰਦੇ ਆ ਗਏ ਜੇ ਟੋਕਾ ਦੇ ਜਿਹਨਾਂ ਦਾ ਥੋੜ੍ਹਾ ਜਿਹਾ ਸ਼ਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਪੰਪ ਮੰਗਾ ਦਿੱਤਾ ਅੱਗੇ ਲੋਕਾਂ ਨੂੰ ਪੰਪ ਮਾਰਦੇ ਹੁਣ ਅਸੀਂ ਲੋਕਾਂ ਨੂੰ ਮਾਰਿਆ ਕਰਨੇ ਹਾਂ ਦੁਨੀਆਂ ਸ਼ਾਹ ਤੇਜ਼ ਬੜੀ ਹੋ ਗਈ ਨਾ ਕੰਮ ਚੱਲਦਾ ਪੰਪ 'ਤੇ ਆ ਅਸੀਂ ਮੰਗਾਇਆ ਤਾਂ ਹੀ ਮਹਿੰਗੇ ਵਾਲਾ ਕਿਉਂ ਰਮਣਾ ਹਰ ਮਨ ਦੇ ਘਰੇ ਲੱਗਾ ਪਹਿਲਾਂ ਛੋਟਾ ਹੁਣ ਇਹ ਵੱਡਾ ਪੰਪ ਸਾਡੇ ਸੈੱਟ ਨਹੀਂ ਹੁੰਦਾ ਪੰਪ ਨਹੀਂ ਵੱਜਦੇ ਜਿੱਦਾਂ ਇਹ ਦੁਨੀਆਂ ਉੱਦਾਂ ਦੇ ਅਸੀਂ ਹੋ ਰਹਿਣਾ ਹੁਣ ਪੰਪ ਮਾਰ ਮਾਰ ਪਾੜ ਪਾੜ ਰੱਖਣੇ ਦੇਖੀ ਬੰਦੇ ਹੈ ਠੀਕ ਹੈ ਸ਼ਾਹ ਸੱਚ ਉਹ ਕੰਮ ਕਰਦੇ ਬੀਬੀ ਵਾਲਾ ਕਹਿੰਦੇ ਕੀ ਹੋ ਗਿਆ ਕਹਿੰਦੇ ਕੰਮ ਸੈਂਡਵਿਚੋਂ ਸੈਂਡਵਿਚ ਹੀ ਹੋਇਆ ਪਿਆ ਜੇ ਮੇਰੇ ਵੀਰੇ ਉਹ ਬੰਦੇ ਦੋਵੇਂ ਉਦੋਂ ਕਹਿੰਦੇ ਉਹਨੂੰ ਭੁੱਖ ਨਹੀਂ ਲੱਗੀ ਆਹ ਤੇ ਬਿਮਾਰ ਸੀ ਤੇ ਸੈਂਡਵਿਚ ਇਹਨੇ ਆਪਣੀ ਪਲੇਟ ਦੇ ਵਿੱਚ ਇੱਕੋ ਨਹੀਂ ਛੱਡਿਆ ਵੀ ਮੇਰੇ ਘੜੀ ਫਿਰ ਵੀ ਫਿਰ ਕਹਿੰਦੇ ਬੰਦੇ ਨੇ ਉਹ ਵੇਲਾ ਰਹਿ ਪਿਆ ਬਣਾ ਕੀ ਕਰਤਾ ਵੀਰੇ ਹੈਂ ਕੰਮ ਵਾਹ ਕਰਾਉਣੇ ਆ ਭੰਡੇ ਪਰ ਤੁਹਾਨੂੰ ਦੱਸਦਾ ਮੈਂ ਕੀ ਹੋਣਾ ਤਾਂ
ਬਾਲੇ ਕੰਮ ਹੋਣੇ ਆਪਣੇ ਡਰਾਈਵਰ ਚੱਲ ਵੇ ਭਾਈ ਚਲੀ ਵੀਲ ਵੇਚੀਏ ਹਨਾ 5 ਮਿੰਟ ਲੱਗਣੇ ਬਸ ਨਿਗਾਹ ਮਾਰਜੀਏ ਆਪਾਂ ਮੜੀ ਜੀ ਨਾਲੇ ਸੱਜਣਾ ਮਿੱਤਰ ਨੂੰ ਵਿਖਾ ਦੀ ਕਿਉਂਕਿ ਇਹਨਾਂ ਦੀ ਆਪਾਂ ਰਾਇ ਲੈਣੀ ਹੁੰਦੀ ਨਾ ਵੀਰਾਂ ਭਰਾਵਾਂ ਦੀ ਕਿ ਦੱਸਿਓ ਕਮੈਂਟ ਕਰਕੇ ਜੇ ਵੀਲ ਤੁਸੀਂ ਕਹੋਗੇ ਫਿਰ ਉਹ ਚਾੜ ਦਾਂਗੇ ਮੰਗਾਏ ਵੈਸੇ ਡਰਾਈਵਰ ਵਾਸਤੇ ਹੀ ਆ ਅਤੇ ਬਾਕੀ ਜੇ ਤੁਸੀਂ ਕਮੈਂਟ ਕਰ ਦੋਗੇ ਤਾਂ ਫਿਰ ਬਹੁਤ ਵਧੀਆ ਗੱਲ ਆ ਸਾਨੂੰ ਇਸ ਚੀਜ਼ ਨਾਲ ਥੋੜ੍ਹਾ ਜਿਹਾ ਆਈਡੀਆ ਹੋ ਜਾਊਗਾ ਕਿ ਨਹੀਂ ਬਈ ਜਿਹੜੇ ਸਾਨੂੰ ਵੇਹਦੇ ਪਿਆਰ ਕਰਦੇ ਉਹਨਾਂ ਨੂੰ ਇਹ ਚੀਜ਼ ਪਸੰਦ ਆਈ ਆ ਅਤੇ ਪਾ ਦੇਣੀ ਚਾਹੀਦੀ ਆ ਅਤੇ ਫਿਰ ਤੁਹਾਡੇ ਕਮੈਂਟ ਪੜ੍ਹਨ ਤੋਂ ਬਾਅਦ ਦੋਵਾਂ ਚੌਂ ਦਿਨਾਂ ਬਾਅਦ ਆਪਾਂ ਵੀਲ ਵਾਲਾ ਕੰਮ ਵੀ ਡਨ ਕਰ ਦਾਂਗੇ ਬਾਬਾ ਸੁੱਖ ਰੱਖੇ ਕਿਉਂਕਿ ਡਰਾਈਵਰ ਦਾ ਹੁਣ ਕੰਮ ਆਉਂਦੇ ਹੁੰਦੇ ਨਾ ਏ ਟੂ ਜੈੱਡ ਸਾਰਾ ਕਰਾ ਦੇਣਾ ਸੀਟ ਕਵਰ ਵੀ ਆਪਾਂ ਔਡਰ ਕਰਤੇ ਆ ਅਤੇ ਮੈਟ ਵੀ ਔਡਰ ਕਰਤੇ ਆ ਅਗਲੀਆਂ ਲਾਈਟਾਂ ਵੀ ਚੇਂਜ ਕਰ ਦਾਂਗੇ ਜਿਹੜੇ 2021 ਮਾਡਲ ਇੰਡਾਈਵਰ 'ਚ ਆਉਂਦੀਆਂ ਉਹ ਪਾਵਾਂਗੇ ਜਾਂ ਕੋਈ ਹੋਰ ਡਿਜ਼ਾਇਨ ਚੰਗਾ ਲੱਗ ਗਿਆ ਉਹ ਪਾਵਾਂਗੇ ਜਿਹੜੀ ਪਿਛਲੀ ਪੱਟੀ ਆ ਇੰਡਾਈਵਰ ਜਿੱਥੇ ਲਿਖਿਆ ਹੁੰਦਾ ਸੀ ਉਹ ਵੀ ਬੁੱਝ ਗਈ ਸੀ ਉਹ ਪਾਵਾਂਗੇ ਅਤੇ PPF ਕਰਾਵਾਂਗੇ ਅਤੇ ਦੋਵੇਂ ਬੰਪਰ ਚੇਂਜ ਕਰਾਵਾਂਗੇ ਮਤਲਬ ਕਿ ਚੇਂਜ ਕਰਦਾ ਕਿ ਸਹੀ ਆਪਣੇ ਉਹਨਾਂ ਨੂੰ ਪੇਂਟ ਕਰਾ ਕੇ ਅਤੇ ਕੰਮ ਪੂਰਾ ਓਕੇ ਹੋ ਜਾਣਾ ਅਤੇ ਜਿਹੜੀ ਮਾੜੀ ਮੋਟੀ ਟੱਚਿੰਗ ਮਚਿੰਗ ਆ ਜਦੋਂ PPF ਪੇਪਰ ਉੱਤੇ ਹੋ ਗਿਆ ਉਹ ਥੱਲੇ ਦਿਖਣੀ ਨਹੀਂ ਬਸ ਅਤੇ ਇੰਨਾ ਸਾਰਾ ਕੰਮ ਹੋਣਾ ਜੇ ਡਰਾਈਵਰ ਆਪਣੀ ਜ਼ਿਆਦਾ ਨਹੀਂ ਤਾਂ ਹਫ਼ਤਾ ਲੱਗੀ ਰਹਿਣੀ ਇਹਨਾਂ ਦੇ ਕੋਲ ਅਤੇ ਆਪਾਂ ਇੱਕ ਦੋ ਕੰਮ ਕੱਲ੍ਹ ਕਰਨੇ ਆ ਉਹ ਕਰਕੇ ਫਿਰ ਡਰਾਈਵਰ ਆਪਾਂ ਸੱਜਣਾ ਕੋਲ ਲਾ ਦੇਣੀ ਹੈ ਅਤੇ ਬਾਕੀ ਵੀਲ ਵਾਲਾ ਕੰਮ ਜਿਹੜਾ ਵੀਲ ਤੁਹਾਨੂੰ ਮੈਂ ਵਿਖਾ ਦੇਣੇ ਆ ਕਮੈਂਟ ਕਰਕੇ ਦੱਸ ਦਿਓ ਪਵਾ ਲਈਏ ਅਤੇ ਫਿਰ ਜਦੋਂ ਆਪਣੀ ਡਰਾਈਵਰ ਇੱਧਰੋਂ ਮਿਲੂਗੀ ਉਹ ਤੋਂ ਬਾਅਦ ਆਪਾਂ ਵੀਲ ਚਾੜ ਦਾਂਗੇ ਬਾਬਾ ਸੁੱਖ ਰੱਖੇ ਓਕੇ ਰਿਪੋਰਟ ਕਰਾ ਦਾਂਗੇ ਮੈਂ ਗੱਡੀਆਂ ਪੂਰੀਆਂ ਟਲੀ ਕਰਕੇ ਰੱਖਣੀਆਂ ਰੱਬਣਾ 00 ਸਾਰੀਆਂ ਚੀਜ਼ਾਂ ਬੜੀਆਂ ਔਖੀਆਂ ਬਣਦੀਆਂ ਅੱਗੇ ਮੈਂ ਦੁਪਹਿਰੇ ਗੱਲ ਕਰਨ ਡਿਆ ਮੈਂ ਕਿਹਾ ਯਾਰ ਨਵੀਂ ਗੱਡੀ ਆਪਾਂ ਲੈਂਦੇ ਹਾਂ ਮੰਨ ਲਾ ਆਪਾਂ ਐਕਸਯੂਵੀ ਲੈਂਦੇ ਹਾਂ ਅੱਜ ਦੇ ਟਾਈਮ 'ਚ 19 ਲੱਖ ਦੀ ਆ ਟੋਪ ਮਾਡਲ 19-21 ਲੱਖ ਦੇ ਵਿੱਚ ਜਿਹੜੀ ਆਪਣੀ ਪੁਰਾਣੀ ਐਕਸਯੂਵੀ ਆ ਤਾਂ ਉਹਦੇ ਆਪਾਂ 1,00,000 ਰੁਪਈਆ ਵੀ ਲਾ ਲਿਆ ਨਾ ਅਤੇ ਓਕੇ ਰਿਪੋਰਟ ਹੋ ਜਾਣੀ ਗਾ ਅਤੇ ਨਵੀਂ ਗੱਡੀ 'ਚ 20 ਲੱਖ ਰੁਪਈਆ ਲਾਉਣ ਨੂੰ ਚੰਗਾ ਕਿ 1,00,000 ਰੁਪਈਆ ਲਾ ਕੇ ਉਹਨੂੰ ਜਲਦੀ ਕਰ ਲਏ ਬੰਦਾ ਪੂਰੀ ਓਕੇ ਗੱਲਾਂ ਬਾਤਾਂ ਤਾਂ ਵਧੀਆ ਪੀਸ ਨਵਾਂ ਆ ਗਿਆ ਕਹਿਣ ਰੰਗ ਆ ਗਿਆ ਕਿ ਪੀਸ ਆਇਆ ਨਵਾਂ ਡੰਡੇ ਦੇ ਉਹਨੇ ਹੈ ਨਾ ਕਈ ਵਾਰ ਚੀਜ਼ ਪਈ ਨਾਲੋਂ ਪਾ ਕੇ ਜਾਈ ਸੋਹਣੀ ਲੱਗਦੀ ਸਾਡੇ ਵਾਲਾ ਪੀਸ ਵੀ ਵਿਖਾ ਦੋ ਤੇਰਾ ਬੜਾ ਕਹਿੰਦਾ 26 ਇੰਚ ਨਵੇਂ ਮੰਗਾਏ ਮੁੰਡਿਆਂ ਨੇ ਕਾਹਨੂੰ ਗੱਲਾਂ ਹੋਣ ਗਈਆਂ ਹੈ ਉਹ ਤੇਰਾ ਭਲਾ ਜੇ ਲੈ ਵੀ ਮਿੱਤਰਾ ਕਹਿੰਦੇ ਪੀਸ ਨਵਾਂ ਆ ਗਿਆ ਜੀ ਆਹ ਮਸ਼ੀਨ ਹੀ ਨਵੀਂ ਮੰਗਾਈ ਲੱਗਦਾ ਲੈ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਿਹੜਾ ਸਾਡੀ ਵੀ ਵੀਲ ਮੰਗਾ ਕੇ ਰੱਖਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਇਹ ਪਰ ਆਪਾਂ ਨੂੰ 2-4 ਦਿਨ ਰੋਕ ਕੇ ਪਾਉਣਾ ਪੈਣਾ ਮੈਂ ਗੱਡੀ ਨੂੰ PPF ਕਰਾ ਹੀ ਦਈਏ ਇੱਕ ਰਾਂ ਗੱਡੀ ਚਮਕਾ ਮਾਰਦੀ ਫਿਰ ਇੱਥੋਂ ਜਦੋਂ ਜਾਊਗੀ ਆਹ ਵੀਲ ਪਾ ਕੇ ਨਾਲ ਟਾਇਰਾਂ ਦੀਆਂ ਲਾਈਟਾਂ ਲਾ ਕੇ ਇਹ ਚੀਜ਼ ਪਤਾ ਆਪਾਂ ਕਿਉਂ ਪਾਉਣੀ ਕਿਉਂਕਿ ਉਹ ਟਾਇਰਾਂ ਲਾਈਟਾਂ ਲੱਗੀਆਂ ਨਾ ਮੱਠੀਆਂ ਇਹ ਵੀਲ ਦੀ ਗਰੇਸ ਹੋਰ ਵੱਧ ਜਾਣੀ ਆ ਇਹ ਡਿਜ਼ਾਇਨ ਤਾਂ ਪੁਰਾਣਾ ਹੋ ਗਿਆ ਹਨਾ ਪਹਿਲਾਂ ਵੀ ਆਇਆ ਸੀ ਆਹ ਨਵਾਂ ਆਇਆ ਡਿਜ਼ਾਇਨ ਅੱਛਾ 24 ਚ ਲੈ ਵੀ ਮਿੱਤਰੋ ਆਹ ਡਿਜ਼ਾਇਨ 26 ਚ ਵੀ ਆ ਗਿਆ ਜੇ ਪਹਿਲਾਂ ਇਹ ਡਿਜ਼ਾਇਨ 26 ਚ ਆਇਆ ਸੀ ਪਤਾ ਨਹੀਂ 22 ਚ ਆਇਆ ਸੀ ਹੁਣ ਇਹ ਡਿਜ਼ਾਇਨ 24 ਇੰਚ ਦੇ ਵਿੱਚ ਵੀ ਅਵੇਲੇਬਲ ਜੇ ਮਿੱਤਰੋ ਤੇ ਆਹ ਤੇ ਯਾਰ ਹੋਣਾ ਨੇ ਕੱਟਾ ਕੱਟੀ ਕੱਢ ਦੇਣਾ ਇਹ ਜਿੱਦਣ ਆਪਣੀ ਗੱਡੀ PPF ਹੋ ਗਈ ਉਦੋਂ ਆਪਾਂ ਇਹ ਚਾੜ ਦੇਣਾ ਜੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿ ਆਪਾਂ ਸਿਲਵਰ ਪਾਈਏ ਕਿ ਬਲੈਕ ਪਾਈਏ ਇਹ ਤੁਸੀਂ ਇਹਨੂੰ ਦੱਸ ਦਿਓ ਹੁਣ ਆਹ ਜੀ ਗਾੜ ਜਾ ਘੁੰਮਦਾ ਨਾ ਇੱਕੋ ਜਗ੍ਹਾ ਰਹਿਣਾ ਅੱਛਾ ਠੀਕ ਹੈ ਮੈਂ ਕਿਤੇ ਬਾਹਰੋਂ ਘੁੰਮਦਾ ਅੰਦਰ ਪਾਸੇ ਲਾਇਆ ਨਾ ਚੋਰਾਂ ਨੂੰ ਮੋਰ ਪੈ ਜਾਂਦੇ ਕਿਸੇ ਵੇਲੇ ਦੁਨੀਆ ਬੜੀ ਗੰਦੀ ਆ ਕੱਪ ਜਾ ਖੋਲ੍ਹ ਕੇ ਲੈ ਜਾਏ ਕਰਕੇ ਅਸੀਂ ਅੰਦਰ ਲਾਈ ਆ ਹੁਣ ਇਹ ਮਿੱਤਰੋ ਕਮੈਂਟ ਕਰ ਆਪਾਂ ਨੂੰ ਸਿਲਵਰ ਵਧੀਆ ਲੱਗਦਾ ਪਰ ਆਪਾਂ ਜਿਹੜੇ ਭਰਾ ਆਪਾਂ ਨੂੰ ਵੇਹਦੇ ਹਾਂ ਰਾਇ ਲੈਣੀ ਆ ਕਿ ਵੀਰ ਜੀ ਬਲੈਕ ਪਾਈਏ ਕਿ ਸਿਲਵਰ ਪਾਈਏ ਤੁਸੀਂ ਦੱਸ ਦਿਓ ਉਹ ਪਿਆ ਜੇ ਸਿਲਵਰ ਅਤੇ ਆਹ ਪਿਆ ਜੇ ਬਲੈਕ ਅਤੇ ਬਾਕੀ ਕਮੈਂਟ ਵੇਖਾਂਗੇ ਪੜ੍ਹ ਕੇ ਕਿਹੜੇ ਵੀਲ ਦੇ ਜ਼ਿਆਦਾ ਆਉਂਦੇ ਆ ਉਹ ਚੜ੍ਹ ਦਾਂਗੇ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਹੈਂ ਜੇ ਕਿਸੇ ਨੂੰ ਚਾਹੀਦਾ ਹੈ ਮੇਰੇ ਤੋਂ ਪਹਿਲਾਂ ਤਾਂ ਦੱਸ ਦਿਓ ਅਸੀਂ ਨਹੀਂ ਅਜੇ ਪਾ ਕੇ ਦੇਣਾ ਹੈਨਾ ਜਿਹੜਾ ਸਾਡੀ ਗੇਟ ਨੂੰ ਨਹੀਂ ਪਾਏਗਾ ਅੱਜ ਨਹੀਂ 26 ਤੋਂ ਨਹੀਂ ਪਾ ਕੇ ਦਿੰਦੇ ਕਿਸੇ ਨੂੰ ਬਲੈਕ ਵੀ ਸੋਹਣਾ ਲੱਗਦਾ ਹੈਨਾ ਇਹ 24 ਹੈ ਬਲੈਕ ਵਾਲਾ ਇਹਦੇ ਵਿੱਚ ਸੋਹਣਾ ਲੱਗਦਾ ਹੈਨਾ ਗ੍ਰੇਸ ਦੋਵਾਂ ਦੀ ਚੰਗੀ ਤਾਂ ਹੀ ਮੈਂ ਕਹਿੰਦਾ ਕਮੈਂਟ ਕਰਕੇ ਦੱਸ ਦੇਣਗੇ ਉਹ ਉਸ ਹਿਸਾਬ ਨਾਲ ਵੇਖ ਲਾਂਗੇ ਨਾ ਜਿਹੜੀ ਚੀਜ਼ ਆਡੀਅੰਸ ਦੀ ਮੰਨਣੀ ਪੈਂਦੀ ਆ ਵੈ ਵੀ ਮਿੱਤਰਾ ਟਾਇਰ ਦੀ ਗੁੱਟੀ ਸੇਮ ਜੀ ਲੱਗਣ ਦੀ ਪਰ ਨਹੀਂ ਫਰਕ ਹੈ ਆਹ ਕਿੰਨਾ ਸਾਈਜ਼ 295 305 ਹੀ ਹੈ ਦੋਵੇਂ ਟਾਇਰ ਚੌੜੇ ਸੇਮ ਹੈਗੇ ਬਸ ਜ਼ਿਆਦਾ ਗੁੱਟੀ ਦਾ ਫਰਕ ਹੈ ਨਹੀਂ ਆ ਵੀ 305 ਹੈ ਆਹ ਸਾਡਾ ਚੌੜਾ ਘੱਟ ਨਹੀਂ ਲੱਗਦਾ ਥੋੜਾ ਜਿਹਾ ਹੀ ਹੈਗਾ ਥੋੜਾ ਦੇਖਣ ਨੂੰ ਘੱਟ ਹੈ ਕੀ ਲੀਕਾਂ ਜਿਹਾ ਕਰਕੇ ਫਰਕ ਪੈਣ ਡਿਆ ਨਾ ਬਾਕੀ ਜਿਹਨੇ ਮੌਕੇ ਤੇ ਕਿਹੜਾ ਟਾਇਰ ਚੜਦੇ ਚੱਲ ਵੇ ਭਾਈ ਚੱਲੀਏ ਗਰਕੋ ਹੈ
ਸਵੇਰੇ ਪਾਉਂਦੇ ਗੱਡੀ ਨੂੰ ਵੀਲ ਕੱਲ ਪਰ ਕੱਲ ਆਪਾਂ ਬਲੋਗ ਆ ਪਤਨਾ ਬਲੋਗ 'ਚ ਕਮੈਂਟ ਪੜ੍ਹ ਕੇ ਪਰਸੋਂ ਪਾਉਂਦੇ ਹਾਂ ਵੀਲ ਕਿਉਂਕਿ ਤੁਹਾਡੇ ਕਮੈਂਟ ਪੜ੍ਹਨ ਤੋਂ ਬਿਨਾਂ ਮੈਨੂੰ ਸਵਾਦ ਨਹੀਂ ਆਉਣਾ ਵੀਲ ਪਾਉਣ ਦਾ ਮੈਂ ਭਾਅ ਜੀ ਦੂਜੇ ਚੜ੍ਹਦੇ ਤੁਸੀਂ ਕਿਹੜਾ ਨਹੀਂ ਭਾਈ ਜੇ ਵਾਲੇ ਨਹੀਂ ਪਾਉਣੇ ਥੇ ਐਸੇ ਨਹੀਂ ਕਰਨਾ ਥਾ ਭਾਈ ਇਸ ਲਈ ਆਪਾਂ ਹੁਣ ਪਾਵਾਂਗੇ ਪਰਸੋਂ ਕੱਲ ਬਲੋਗ ਪਾ ਕੇ ਵਿੱਚ ਪੜ੍ਹਾਂਗੇ ਕਮੈਂਟ ਅਤੇ ਪਰਸੋਂ ਮਿਲਦੇ ਹਾਂ ਕ੍ਰੀਏਟਿਵ ਵਾਲਿਆਂ ਦੀ ਦੁਕਾਨ 'ਤੇ ਕਰਾਉਂਦੇ ਹਾਂ ਕੱਲ੍ਹ ਨੂੰ ਗੱਲਾਂ ਲੇਟ ਵੀ ਹੋ ਸਕਦੇ ਆ ਪਰਸੋਂ ਦੀ ਜਗ੍ਹਾ ਚੌਥ ਹੋ ਸਕਦੇ ਆ ਪੰਜੌਥ ਹੋ ਸਕਦੇ ਕਿਉਂਕਿ ਕੰਮ ਆਪਾਂ ਨੂੰ ਤੈਨੂੰ ਪਤਾ ਕੋਈ ਨਾ ਕੋਈ ਪੈ ਜਾਂਦਾ ਜੇ ਪਰਸੋਂ ਨਾ ਪਾਏ ਫਿਰ ਚੌਥ ਕੋਈ ਨਾ ਕੋਈ ਕੰਮ ਨਾ ਨਿਕਲ ਆਵੇ ਬਾਕੀ ਫਿਰ ਕੀ ਮਾਹੌਲ ਬਣਦਾ ਇਸ ਕਰਕੇ ਅਸੀਂ ਪੱਕਾ ਟਾਈਮ ਤਾਂ ਨਹੀਂ ਦੱਸਦੇ ਕਿ ਕੱਲ੍ਹ ਨੂੰ ਅਸੀਂ ਕਿਸੇ ਪਾਸੇ ਨਿਕਲ ਜਾਈਏ ਚੰਡੀਗੜ੍ਹ ਜਾਣਾ ਪੈ ਜੇ ਸਾਨੂੰ ਹੋਰ ਵੀ ਕੰਮ ਪੈ ਜੇ ਤੁਸੀਂ ਕਹਿਣਾ ਬਾਈ ਤੁਸੀਂ ਆਹ ਗੱਲ ਕਹੀ ਸੀ ਅਤੇ ਵੀਲ ਪਾਏ ਨਹੀਂ ਤੁਸੀਂ ਗਲਤ ਗੱਲ ਆ ਤਾਂ ਕਰਕੇ ਫਿਰ ਦੋ ਚਾਰ ਦਿਨ ਰੁਕ ਜਾਵਾਂਗੇ ਕੱਲ੍ਹ ਵਲੋਗ ਪਾਉਂਦੇ ਪਹਿਲਾਂ ਵਿੱਚ ਦੱਸਿਓ ਫਿਰ ਕਿਹੜਾ ਚੀਜ਼ ਤੁਹਾਨੂੰ ਸਹੀ ਆ ਉਹਦੀ ਟਾਇਰ ਦੱਸਿਓ ਟਾਇਰ ਕਿਹੜਾ ਸਹੀ ਹੈ ਦੋਵਾਂ 'ਚੋਂ ਅਤੇ ਵੀਲ ਬਲੈਕ ਕਿ ਸਿਲਵਰ ਠੀਕ ਹੈ ਜਾਣ ਇਹਨਾਂ ਵੀਲਾਂ ਦਾ ਨਜ਼ਾਰਾ ਕਿ ਨਹੀਂ ਇਹਨਾਂ ਦਾ ਨਜ਼ਾਰਾ ਕਿ ਭੈਣ ਜਿਹੜੇ ਮਰਜ਼ੀ ਖੱਡੇ ਜਿੱਥੇ ਮਰਜ਼ੀ ਚੱਕੜ 'ਚ ਸੁੱਟ ਦੇ ਕੇ ਇਹ ਆ ਕਿ ਕੰਫਰਟ ਚੱਲਦੀ ਗੱਡੀ ਹੋਰ ਕੋਈ ਸੁੱਖ ਨਹੀਂ ਇਹਨਾਂ ਦਾ ਸੋਹਣੇ ਮੰਨਿਆ ਉਹ ਦੂਜੇ 'ਚ ਲੱਗਦੇ ਜਿਹੜੇ ਆਪਾਂ ਪਾਉਣੇ ਉਹ ਵੀ ਸੋਹਣੇ ਲੱਗਣਗੇ ਜਿਹੜੇ ਪਹਿਲਾਂ ਆਪਾਂ ਲਵਾਏ ਉਹ ਵੀ ਸੋਹਣੇ ਲੱਗਦੇ ਪਰ ਆਹ ਵੀਲਾਂ ਦੀ ਕੋਈ ਚੀਜ਼ ਦਾ ਨਜ਼ਾਰਾ ਇਹ ਗੱਡੀ ਸਾਲੀ ਜਿੱਦਾਂ ਮਰਜ਼ੀ ਭਜਾਈ ਜਾ 160 ਦਿਨ ਕਿੱਦਾਂ ਆਈ ਗੋਲੀ ਮਸ਼ੂਕ ਦੀ ਜਿੱਦਾਂ ਹੁਣ ਆਪਣਾ ਪਿੰਡ ਹੀ ਲਾਲਾ ਸਾਹਿਬ ਗਿਆ ਅੰਮ੍ਰਿਤਸਰ 45 ਕਿਲੋਮੀਟਰ 'ਤੇ ਆਹ ਵੀਲ ਪਾਏ ਹੁੰਦੇ ਆ 15 ਮਿੰਟਾਂ ਪਿੰਡ ਆ ਜਾਣਾ ਜੇ 120 ਦੇ 140 ਦੇ ਆਈਏ ਅਤੇ ਉਹ ਵੀਲ ਆਪਾਂ ਆ ਕੇ ਭਜਾਉਣ ਨੂੰ ਭਜਾ ਲਈਏ ਉਹ ਵੀਲ ਪਾ ਕੇ ਗੱਡੀ ਪਤਾ ਕਿਹੜੇ ਇਲਾਕੇ 'ਚ ਭਜਾ ਸਕਦੇ ਹਾਂ ਆਪਾਂ ਜਿੱਦਾਂ ਕਿ ਜਿਹੜੇ ਇਲਾਕੇ ਦੇ ਖੱਡਿਆਂ ਦਾ ਆਪਾਂ ਨੂੰ ਪਤਾ ਪ੍ਰੋਫਾਈਲ ਹਾਂ ਪ੍ਰੋਫਾਈਲ 30 ਰਹਿ ਜਾਂਦੀ ਆ ਅਤੇ ਮਾੜਾ ਜਿਹਾ ਖੱਡਾ ਪਿਆ ਨਹੀਂ ਅਤੇ ਵੀਲ ਬੈਂਡ ਉਹਦੇ ਬਸ ਇਹ ਹੈ ਕਿ ਬੰਦੇ ਨੂੰ ਜਿਹੜੇ ਸ਼ੌਕੀ ਆ ਜ਼ਿਆਦਾ ਕਿ ਪਤਾ ਗੱਡੀ ਕੱਢਣੀ ਗੇੜੀ ਗੇੜੀ ਦੇ ਲਾਗੇ ਬੰਦੇ ਰਹਿਣਾ ਜਿਹੜੇ ਜਿਹੜੀਆਂ ਗੱਡੀਆਂ ਰੋਜ਼ ਚੱਲਣੀਆਂ ਯਾਰ ਜਿਹਨਾਂ ਨੇ ਮਤਲਬ ਕਿ ਰੋਜ਼ 100-150 ਕਿਲੋਮੀਟਰ ਗੱਡੀ ਚਲਾਉਣੀ ਆ ਉਹਨਾਂ ਵਾਸਤੇ ਲੋਅ ਪ੍ਰੋਫਾਈਲ ਟਾਇਰ ਪਾ ਕੇ ਬੜਾ ਔਖਾ ਹੁੰਦਾ ਪਤਾ ਨਹੀਂ ਮਤਲਬ ਕਿ ਆਪਣੇ ਜਿਹੜੇ ਰੋਡ ਆ ਜਿਹੜੇ ਜਾਣਕਾਰ ਰੋਡ ਜਿੱਦਾਂ ਆਪਾਂ ਜਿੱਥੇ ਆਪਾਂ ਰੋਜ਼ ਜਾਂਦੇ ਹਾਂ ਉਹਨਾਂ ਰੋਡਾਂ 'ਤੇ ਬੰਦਾ ਚਲਾ ਲੂਗਾ ਪਰ ਜਿਹੜਾ ਰੋਡ ਅਣਜਾਣ ਹੈ ਜਿੱਦਾਂ ਮਤਲਬ ਜਿਹੜੇ ਇਲਾਕੇ 'ਚ ਅਸੀਂ ਹੁਣ ਜਿੱਦਾਂ ਮਤਲਬ ਅਸੀਂ ਘੁੰਮਣ ਗਏ ਅਸੀਂ ਸ਼ਿਮਲਾ ਮਨ ਵਾਲੀ ਚੱਲ ਜਾਈਏ ਉੱਧਰ ਪਾ ਕੇ ਖੜਨੀ ਗੱਡੀ ਬੜੀ ਔਖੀ ਹੋ ਜਾਂਦੀ ਆ ਆਹ ਵੀਲਾਂ ਦਾ ਇਹ ਸੁੱਖ ਹੈਗਾ ਜਿੱਥੇ ਮਰਜ਼ੀ ਵਾਲੀ ਫਿਰੋ ਤੱਕੀ ਫਿਰੋ ਕੋਈ ਚੱਕਰ ਨਹੀਂ ਭਾਈ ਕਿਸ ਤਾਜੀ ਜਾਣਾ ਸਿਰ ਲੁਧਿਆਣੇ ਆ ਜੂ ਫਿਰ ਮੈਂ ਟਾਈਮ ਹਾਂਜੀ ਸਿਰੇ ਹੋਈ ਹੈ ਗੇੜਾ ਮਾਰ ਗਏ ਠੀਕ ਆ ਜਾ ਫਿਰ ਬਾਏ ਬਾਏ ਬਈ ਮੈਂ ਵੀ ਮਤਲਬ ਸਿਰੇ ਲੁਧਿਆਣੇ ਦਾ ਟੂਰ ਲੱਗਦਾ ਮੁੰਡਿਆਂ ਦਾ ਟੂਰ ਵੀ ਤਾਂ ਕੱਢਣਾ ਬਣਾ ਲੁਧਿਆਣੇ ਵਾਲਾ ਕਿ ਸਪਲੀਮੈਂਟ ਤੋਂ ਬਿਨਾਂ ਜਿੰਮ ਸ਼ੁਰੂ ਹੋਣ ਨਹੀਂ ਡਿਆ ਹੈ ਨਾ ਸਪਲੀਮੈਂਟ ਬੰਦੇ ਦਾ ਪਿਆ ਹੋਵੇ ਪਤਾ ਬੰਦਾ ਖਾਣ ਡਿਆ ਤਾਂ ਜਿੰਮ ਜਾਣਾ ਪੈਣਾ ਅਤੇ ਤਾਂ ਕਰਕੇ ਲੁਧਿਆਣੇ ਦਾ ਟੂਰ ਮੈਂ ਉਹਦਾ ਸਿਰੇ ਕੱਢ ਆਈਏ ਨਾਲੇ ਸਪਲੀਮੈਂਟ ਲੈ ਆਵਾਂਗੇ ਅਤੇ ਨਾਲੇ ਜਿੰਮ ਦਾ ਸਮਾਨ ਮਾੜਾ ਮੋਟਾ ਬੈਲਟ ਬੁਲਟਾਂ ਲਿਆਉਣ ਵਾਲੀਆਂ ਉਹ ਵੀ ਸਾਰਾ ਸਵੇਰੇ ਕੱਟਾ ਕੱਟੀ ਕੱਢ ਕੇ ਆਵਾਂਗੇ ਜੇ ਗਏ ਤਾਂ ਫਿਲਹਾਲ ਪਲੈਨ ਬਣਿਆ ਜਿਹੜਾ ਗੱਡੀ ਬੈਠਿਆਂ ਦਾ ਰਾਹ 'ਚ ਆਉਂਦਿਆਂ ਦਾ ਬਾਕੀ ਵੀ ਕੀ ਮੋਲ ਬਣਦਾ ਨਾਲ ਦੇ ਬੰਦੇ ਨੇ ਕਰਦੇ ਸਲਾਹ ਤੇ ਬਹਿ ਕੇ ਗੇਟ ਤੇ ਕਦਾ ਫਾਨੇ ਦਾ ਵਿੱਚ ਸ਼ੁਕਰੀਆ ਭਾਈ ਸਾਡੀ ਪਿੰਡ ਇੰਜੀਨੀਅਰ 'ਚ ਵੀ ਪਾਣੀ ਆ ਬਹੁਤ ਬਹੁਤ ਮੁਬਾਰਕਾਂ ਪਾਣੀ ਆਉਂਦੇ ਅਤੇ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਇਹਦੇ 'ਚ ਪਾਣੀ ਛੱਡ ਦਿੱਤਾ ਆ ਜੇਕਰ ਇਹ ਪਾਣੀ ਪਹਿਲਾਂ ਛੱਡ ਦਿੱਤਾ ਤਾਂ ਸ਼ਾਇਦ ਸਾਡਾ ਨਾ ਹੀ ਆਉਂਦੇ ਨਹਿਰਾਂ ਸਾਡੇ ਸਾਰੀਆਂ ਪੰਜਾਬ ਸੁੱਕੀਆਂ ਫਿਰਦੀਆਂ ਸੀ ਇੱਕ ਤਾਂ ਪਾਣੀ ਛੱਡ ਕੇ ਓਵਰਫਲੋ ਕਰਾ ਕੇ ਅਤੇ ਪੰਜਾਬ ਦੇ ਵਿੱਚ ਕੰਮ ਹੜੋ ਹੜੀ ਕਰਾ ਦਿੱਤਾ ਅਤੇ ਲਓ ਜੀ ਪੰਜਾਬ ਦਾ ਬੇੜਾ ਕਰਕੇ ਰੱਖ ਦਿੱਤਾ ਹੈ ਤੈਨੂੰ ਦੱਸਣ ਤਾਂ ਰਿਹਾ ਵਾ ਨਹਿਰ ਆਹ ਨਹਿਰ ਆਪਣੇ ਪਿੰਡ ਲਈ ਆਪਾਂ ਕਿੰਨੇ ਵਲੋਗ ਬਣਾਏ ਜਾਂ ਪੁਰਾਣੇ ਵਲੋਗ ਕੱਢ ਕੇ ਵੇਖ ਲਈ ਜਿੰਨੇ ਵਲੋਗਾਂ 'ਚ ਆਪਾਂ ਦੀ ਲੱਗ ਕੇ ਗਏ ਹੋਗੇ ਸਾਰੇ ਵਲੋਗਾਂ 'ਚ ਨਹਿਰ ਸੁੱਕੀ ਅਤੇ ਜੇ ਇਹਦੇ ਵਿੱਚ ਪੈਣਾ ਪਾਣੀ ਪਹਿਲਾਂ ਹੀ ਆਉਂਦਾ ਰਹਿੰਦਾ ਅਤੇ ਨਾ ਡੈਮ ਓਵਰਫਲੋ ਹੁੰਦੇ ਅਤੇ ਨਾ ਹੀ ਇਹ ਹੜ ਆਉਂਦੇ ਹੈ ਗੱਲ ਤਾਂ ਇਹ ਆ ਮੈਂ ਜਿਹੜੀਆਂ ਗੱਲਾਂ ਕਿਉਂ ਦੱਸੀ ਅਸੀਂ ਬਸ ਗੱਲ ਤਾਂ ਲਾਉਣਾ ਪਿਆ ਜਾਣੀਆਂ ਰਾਜ ਦੀਆਂ ਗੱਲਾਂ ਸਮਝ ਲਓ ਮਿੱਤਰੋ ਸਮਝਣ ਵਾਲੀਆਂ ਗੱਲਾਂ ਜੇ ਪੰਜਾਬ ਦਾ ਬੜਾ ਕਰ ਕੀਤਾ ਜਾਣ ਡਿਆ ਜਾਂਦੇ ਭੈਣੇ ਨਾਲ ਹੈ ਦੱਸਦੇ ਨਹੀਂ ਵੀ ਮਿੱਤਰਾ ਕਰੋ ਚੈੱਕ ਕੰਮ ਲਾਈਟੋ ਲਾਈਟੀ ਹੋਇਆ ਪਿਆ ਜੀ ਲਾਈਟੋ ਲਾਈਟੀ ਹੈ ਜਗਮਗ ਕਰਾਈ ਪਈ ਵੀਰ ਮੇਰੇ ਉਹ ਫੀਲਿੰਗ ਉਸਮ ਹੋਈ ਪਈ ਹੈ ਜਦੋਂ ਅਸੀਂ ਉੱਥੇ ਬਹਿਣਾ ਪਰ ਗਰਮੀ ਬੜੀ ਬਹਿਣ ਵਾਲਾ ਮਾਹੌਲ ਹੈਗਾ ਹੈ ਥੋੜ੍ਹਾ ਜਿਹਾ ਮੌਸਮ ਠੰਡਾ ਹੋ ਗਿਆ ਨਾ ਥੋੜ੍ਹਾ ਜਿਹਾ ਮਹੀਨੇ ਟੱਲਣਗੇ ਸਤੰਬਰ ਅਕਤੂਬਰ 'ਚ ਬਹਿਣ ਵਾਲਾ ਮਾਹੌਲ ਪੂਰਾ ਹੋ ਕੇ ਰਿਪੋਰਟ ਹੋ ਜਾਣਾ ਹੈ ਮੰਜਾ ਕਿੱਥੇ ਆਪਣਾ ਇੱਥੇ ਡਾ ਕੇ ਇਹ ਮੰਜੇ ਨਾਲ ਥਪਾ ਕੇ ਇਹਨਾਂ ਜਿਹੜੀ ਗਿੱਲਾਂ ਤੋਂ ਪਾਉਂਦਾ ਨਾ ਮੈਨੂੰ ਦਾਲ 'ਚ ਕੁਝ ਕਾਲ ਲੱਗਦਾ ਕਿ ਦਾਲ ਨਾ ਕਾਲੀ ਹੋ ਜਾਵੇ ਸਾਰੀ ਦਾਲ ਖੱਟੀ ਆ ਮੈਂ ਇਹਨੂੰ ਪੁੱਛਣ ਡਿਆ ਮੈਂ ਕਿਹਾ ਦੱਸ ਕੋਈ ਦੁੱਖ ਤਕਲੀਫ ਹੈ ਕੋਈ ਸਹੇਲੀ ਛੱਡ ਗਈ ਆ ਕੋਈ ਦੱਸ ਇੰਨੀਆਂ ਰੀਲਾਂ ਸਾਈਡ ਪਾਉਣ ਡਿਆ ਮੈਂ ਚੱਕਰ ਕੀ ਆ ਕੁੱਤਾ ਮਰਦਾ ਮਾਰ ਗਿਆ ਮੈਨੂੰ ਜਾਂਦਾ ਕਿਹੜਾ ਤੇਰੇ ਵਾਲਾ ਮੇਰੇ ਜਿਹੜੇ ਕੱਪੜੇ ਮੜਦੀ ਦੰਦੀ ਦੇ ਟੀਕੇ ਲੱਗੇ ਪੰਜ ਹਲਕਾ ਦੇ ਤੇ ਹਲਕਾ ਦੇ ਟੀਕੇ ਮਿੱਤਰੋ ਗਰਮ ਬੜੇ ਹੁੰਦੇ ਆ ਅਤੇ ਉਹਦੇ ਨਾਲ ਬੰਦਾ ਸਾਡਾ ਖਿੱਚਿਆ ਗਿਆ ਗੁਰੀਵੀਰ ਦੇ ਵੀ ਲੱਗੇ ਆ ਅਤੇ ਇਹਦੇ ਵੀ ਲੱਗੇ ਸੀ ਅਤੇ ਉਹਦੇ ਨਾਲ ਸਿਹਤ ਬਹੁਤ ਡਾਊਨ ਗਈ ਯਾਰ ਹਰਮਨ ਦੀ ਤਾਂ ਬਹੁਤ ਜ਼ਿਆਦਾ ਗਈ ਅਤੇ ਮੈਨੂੰ ਮੈਂ ਇਹਨੇ ਨਾ ਰੀਲਾਂ ਪਾਉਂਦਾ ਇੰਸਟਾਗ੍ਰਾਮ 'ਤੇ
ਤੇ ਬੜੇ ਭਰਾਵਾਂ ਦੇ ਮੈਸੇਜ ਆਉਂਦੇ ਕਹਿੰਦੇ ਹਰਮਨ ਸਾਈਡ ਕੋਲ ਰਹਿੰਦਾ ਸਾਈਡ ਨਹੀਂ ਰਹਿੰਦਾ ਵਹਿ ਪਾਉਂਦਾ ਫਨ ਕਰਦਾ ਬਸ ਜਾਂਦੇ ਨੇ ਕਈ ਵਾਰ ਬੰਦੇ ਨੂੰ ਕੋਈ ਗਾਣਾ ਚੰਗਾ ਲੱਗ ਜਾਂਦਾ ਬੰਦਾ ਉੱਤੇ ਪਾ ਦਿੰਦਾ ਪਰ ਆਪਣੇ ਜਿਹੜੇ ਵੀਰ ਭਰਾ ਪਿਆਰ ਕਰਦੇ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਇੰਨੀ ਸਾਈਡ ਰੀਲਾਂ ਪਾਉਣ ਦਾ ਕੋਈ ਦੁੱਖ ਤਕਲੀਫ ਤਾਂ ਨਹੀਂ ਇਹਨੂੰ ਇਹ ਗੱਲ ਜ਼ਰੂਰੀ ਨਹੀਂ ਹੁੰਦੀ ਜਾਣ ਮੇਰੀ ਕਿ ਬੰਦਾ ਦੁਖੀ ਹੋਵੇ ਫਿਰ ਹੀ ਸਾਈਡ ਗਾਣੇ ਦੀ ਰੀਲ ਪਾਉਣੀ ਕਈ ਵਾਰ ਬੰਦੇ ਦੇ ਇਮੋਸ਼ਨ ਕੋਈ ਇੱਦਾਂ ਦੇ ਹੁੰਦੇ ਕਿ ਉਹਦੀ ਬੀਟ ਚੰਗੀ ਲੱਗਦੀ ਆ ਉਹ ਰੀਲ ਆਪਾਂ ਨੂੰ ਗਾਣਾ ਚੰਗਾ ਲੱਗਦਾ ਹੁੰਦਾ ਕਈ ਵਾਰ ਪੈਸੇ ਹੀ ਬੰਦਾ ਪਾ ਦਿੰਦਾ ਬਾਕੀ ਦੁਖੀ ਨਹੀਂ ਹੁੰਦਾ ਡਾ ਵੀ ਮਿੱਤਰੋ ਗੱਲ ਇੱਦਾਂ ਵਾ ਕਿ ਮੈਂ ਆਉਂਦਾ ਕੱਢ ਤੇ ਨੁਕਸ ਦੋ ਤਿੰਨ ਇਹ ਉਦੋਂ ਜਦੋਂ ਝੌਂਪੜੀ ਵੰਡੀ ਮੈਂ ਥੋੜ੍ਹਾ ਬਿਜੀ ਹੋ ਕੇ ਗੱਲ ਮੇਰੇ ਕੋਲ ਆਇਆ ਨਹੀਂ ਗਿਆ ਆਹ ਜਿਹੜਾ ਗਿਆ ਬਹਿਣਾ ਲਾਈਟਾਂ ਦੇ ਵਿੱਚ ਇਹ ਪੂਰਾ ਕਰਾਉਣ ਲੱਗਾ ਮੈਂ ਤੁਹਾਨੂੰ ਦੱਸਿਆ ਮੈਂ ਗਿਆ ਵਜਾਦਾ ਮੇਰੀ ਮੰਨਦਾ ਨਹੀਂ ਗੱਲ ਫਰਕ ਮੈਂ ਕਹਿਤਾ ਆ ਇਹ ਲਾਈਟਾਂ ਹੁਣ ਅਸੀਂ ਲਾਗੇ ਕਰਾਵਾਂਗੇ ਉਹ ਲਾਈਟ ਪੁੱਟ ਕਿੱਧਰਲੇ ਪਾਸੇ ਆ ਜਾਣੀ ਫਿਰ ਓਕੇ ਹੋਣਾ ਕੰਮ ਆਹ ਲਾਈਟ ਜੇ ਪੁੱਟਦੇ ਹਾਂ ਤਾਂ ਇਹ ਆਉਂਦੀ ਆ ਬੂਟੇ ਦੇ ਵਿੱਚ ਸੈਂਟਰ ਕੱਢਦੇ ਹਾਂ ਬੂਟਾ ਹੀ ਹੁਣ ਪੁੱਟਣਾ ਨਹੀਂ ਇਹ ਬੂਟਾ ਪੁੱਟ ਕੇ ਬਹਿ ਜੀ ਬਾਅਦ ਸਾਲਾ ਤੁਰੇ ਨਾ ਹਨਾ ਮੌਸਮ ਉਹ ਚੱਲਣ ਡਿਆ ਉਹ ਲਾਈਟ ਅਸੀਂ ਕਰਾਂਗੇ ਥੋੜ੍ਹੀ ਆਏ ਪਾਸੇ ਇੱਥੇ ਆਉਣੀ ਮਿੰਤੀ ਹਿਸਾਬ ਨਾਲ ਆਪਣਾ ਆਹ ਥਾਂ 'ਤੇ ਉੱਥੇ ਲਾਈਟ ਦੂਜੀ ਲੜਾਂਗੇ ਜਿਹੜੀ ਅੰਦਰ ਲੱਗੀਆਂ ਉਹ ਲਾਈਟ ਸੋਹਣੀ ਲੱਗਣੀ ਅੰਦਰ ਵਾਲੀ ਉਹ ਜਿਹੜੀ ਅੰਦਰ ਨਹੀਂ ਲਾਈਆਂ ਉਹ ਪਰਲੇ ਬਣੇ ਲਾਈਟ ਉਹ ਅੰਦਰਲੀਆਂ ਲਾਈਟਾਂ ਵੱਖਰੀਆਂ ਰਹਿ ਜਾਣਗੀਆਂ ਤੂੰ ਇਹਦਾ ਚੰਦਨ ਜਿਹੜਾ ਵਾ ਨਾ ਪਾਰਕ 'ਚ ਲੈਣ ਨੂੰ ਫਿਰਦਾ ਇਹ ਗੱਲ ਗਲਤ ਤੇਰੀ ਇਹ ਹੈ ਕਿ ਨਹੀਂ ਇੱਥੋਂ ਤੂੰ ਆਪ ਹੀ ਖਲੋ ਕੇ ਵੇਖ ਨਾ ਇੱਥੋਂ ਇੱਦਾਂ ਵੇਖ ਕਿੰਨਾ ਫਰਕ ਲੱਗਦਾ ਇੱਥੋਂ ਵੇਖ ਖਲੋ ਕੇ ਉਹ ਕੰਮ ਫਿਰ ਪੂਰਾ ਓਕੇ ਹੈ ਨਾ ਆਹ ਨੁੱਕਰ 'ਚ ਲਾਈਟ ਆਪਾਂ ਹੋਰ ਲਾ ਦਾਂਗੇ ਕੰਮ ਪੂਰਾ ਓਕੇ ਹੋਰ ਵੇਖੀ ਵਧੀਆ ਜਿਹੜਾ ਵੇਖੀ ਭੈਣ ਜੀ ਲਾ ਰੋਟੀ ਕਹਿੰਦਾ ਮੈਂ ਘਰ ਕੀ ਰੋਟੀ ਖਾਏਗਾ ਭਾਈ ਅੱਜ ਚਲੋ ਬਈ ਫਿਰ ਇਹਦੀ ਘਰ ਹੀ ਖਾਈ ਆ ਇਹ ਮਾਤਾ ਨੂੰ ਪਹਿਲਾਂ ਫੋਨ ਕੀਤਾ ਤਾਂ ਚੌਲ ਬਣ ਜਾਣੇ ਸੀ ਅਰੇ ਗੱਲ ਹੈਂ ਹਾਂ ਤੇਰਾ ਭਲਾ ਇਹ ਬੱਲਾ ਬੱਲਾ ਕਰਾ ਦੀ ਫਿਰ ਖੀਰ ਖਾਏਗਾ ਅੱਜ ਹੈ ਮਿੱਤਰਾ ਕੰਮ ਅੱਜ ਨਾ ਜਿਹੜਾ ਕਰਤਾ ਨਾ ਮਾਤਾ ਨੇ ਖੀਰ ਵਾਲਾ ਇਹਦੇ ਕਾਹਨੂੰ ਗੱਲਾਂ ਕਰਾਤੀਆਂ ਤਾਂ ਸਹੁੰ ਲੱਗੀ ਯਾਰ ਮੈਂ ਦਿਲ ਦੀ ਗੱਲ ਦੱਸਣ ਲੱਗਾ ਜਦੋਂ ਘਰੇ ਮਾਤਾ ਨੂੰ ਸਵੇਰੇ ਆਪਣੀ ਰੋਟੀ ਪੁੱਛੀ ਸੀ ਨਾ ਮੈਂ ਮਾਤਾ ਨੂੰ ਕਿਹਾ ਮੈਂ ਕਿਹਾ ਮਾਤਾ ਸਬਜ਼ੀ ਕਾਹਦੀ ਬਣੀ ਅਤੇ ਮੈਨੂੰ ਮੇਰਾ ਤਾਂ ਕੜੀ ਖਾਣ ਨੂੰ ਜੀ ਕਰਨ ਡਿਆ ਸੀ ਸਹੁੰ ਲੱਗੇ ਰੱਬ ਵੱਲੋਂ ਅੱਜ ਕੜੀ ਵੀ ਕਰਮਾਂ 'ਚ ਹੈਗੀ ਸੀ ਅਤੇ ਸਵੇਰੇ ਸਾਡੇ ਘਰੇ ਬਣੇ ਸੀ ਛੋਲੇ ਅਤੇ ਗੱਲ ਕਹਿਦੀ ਹੈ ਕਿ ਜਿਹੜੀ ਚੀਜ਼ ਕਰਮਾਂ 'ਚ ਹੋਵੇ ਨਾ ਬੰਦਾ ਸੋਚ ਲਏ ਬੰਦੇ ਨੂੰ ਮਿਲ ਜਾਂਦੀ ਮੈਂ ਸਵੇਰੇ ਸੋਚਣ ਡਿਆ ਸੀ ਪਰ ਉੱਧਰ ਨਹੀਂ ਬਣੀ ਤਾਂ ਇੱਧਰ ਬਣੀ ਸੀ ਅਤੇ ਮੇਰੇ ਕਰਮਾਂ 'ਚ ਹੈਗੀ ਤਾਂ ਮਿਲਦਾ ਮਿਲੀ ਵੀ ਕਿਹੜੀ ਪਕਾਉਣੇ ਵਾਲੀ ਸਾਡੀ ਮਾਤਾ ਜਿਹੜੀ ਕੜੀ ਬਣਾਉਂਦੀ ਜਿਵੇਂ ਮਾਤਾ ਨੂੰ ਕਹਿ ਦਿੰਦਾ ਨਾ ਮਾਤਾ ਕੜੀ ਖਾਣ ਨੂੰ ਜੀ ਕਰਦਾ ਮਾਤਾ ਨੇ ਬਣਾਉਣੀ ਪਕੌੜਿਆਂ ਤੋਂ ਬਿਨਾਂ ਅਤੇ ਕਰਮਾਂ 'ਚ ਪਕੌੜਿਆਂ ਵਾਲੀ ਕੜੀ ਅਤੇ ਜਿਹੜੇ ਭਰਾ ਵਲੋਗ ਵੇਖਣ ਡੇ ਅਤੇ ਕਿਤੇ ਸ਼ਿਫਟ ਸ਼ਿਫਟ 'ਤੇ ਬੈਠੇ ਆ ਜਾਂ ਟਰੱਕ ਟਰੁੱਕ ਚਲਾਉਣ ਡੇ ਆ ਉਹਨਾਂ ਨੇ ਕਹਿਣਾ ਅੰਡੇ ਲਵਾ ਤੂੰ ਕੰਮ ਖਰਾਬ ਕਰਤਾ ਜੀ ਵਲੋਗ ਤੇਰਾ ਬਾਕੀ ਵਧੀਆ ਹੁੰਦਾ ਪਰ ਜਦੋਂ ਮੈਂ ਖਾਣ ਪੀਣ ਚੀਜ਼ਾਂ ਪਾਉਂਦਾ ਨਾ ਅਤੇ ਮੂੰਹ ਦੇ ਵਿੱਚੋਂ ਲਾਲ ਵਾਲਾ ਕੰਮ ਹੋ ਜਾਂਦਾ ਜੀ ਸਵਾਦ ਹੋਣੀ ਸਵਾਦ ਤਾਂ ਹੋਣੀ ਆ ਵੇਖ ਕੇ ਲੱਗਣੀ ਤੇਰੇ ਉਸ ਤੋਂ ਬਾਅਦ ਜਦੋਂ ਸਵੀਟ ਡਿਸ਼ ਮੈਂ ਚੱਲੀ ਨਾਲ ਖੀਰ ਠੰਡੀ ਗਰਮ ਹੈ ਫਰਿੱਜ ਰੱਖਣੀ ਪੈਣੀ ਆ ਜਿਹੜੀ ਫਰਿੱਜ ਲੱਗ ਕੇ ਠੰਡੀ ਖਾਣੀ ਹੈ ਨਾ ਉਹਦੇ ਨਾਲ ਦੀ ਰੀਸਣੀ ਤਾਂ ਰੋਟੀਆਂ ਚੋਪੜ ਕੇ ਗਿਆ ਮੈਂ ਕਹਿੰਦਾ ਗੱਲਾਂ ਦੋਵੇਂ ਭਰਾ ਪਏ ਖਾਣ ਡੇ ਕਾਫੀ ਦਿਨਾਂ ਬਾਅਦ ਆਫਟਰ ਲੌਂਗ ਟਾਈਮ ਚੰਗਾ ਲੱਗਾ ਕਮੈਂਟ ਕਰ ਦਿਓ ਘੈਣ ਜਾਂਦੇ ਜਾਂਦੇ ਤੇ ਜਿਨ੍ਹਾਂ ਵੀਰਾਂ ਨੇ ਸਾਡੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਮੇਰੀ ਜ਼ਬਾਨ ਅੜ ਜਾਂਦੀ ਮੈਨੂੰ ਬੋਲਣਾ ਮਹਾਂ ਹੀ ਆਇਆ ਸੀ ਅਤੇ ਹੁਣ ਫਿਰ 10-15 ਦਿਨ ਆਪਾਂ ਵਲੋਗ ਬਣਾਏ ਨਹੀਂ ਅਤੇ ਫਿਰ ਜ਼ਬਾਨ ਉੱਥੇ ਚਲ ਗਈ ਫਿਰ ਦੁਬਾਰਾ ਹੈ ਨਾ ਮੈਂ ਫਿਰ ਬੋਲਣਾ ਸਿੱਖ ਲਾਂ ਕੋਈ ਗੱਲ ਨਹੀਂ ਅੜ ਜਾਂਦਾ ਮੂੰਹ ਦੇ ਵਿੱਚ ਅਤੇ ਬਾਏ ਬਾਏ ਮਿੱਤਰੋ ਮਿਲਦੇ ਹਾਂ ਕੱਲ੍ਹ ਨਵੇਂ ਵਲੋਗ ਦੇ ਨਾਲ ਅਤੇ ਕੰਮ ਹੋਰ ਸੱਚ ਜਿਹੜੇ ਭਰਾਵਾਂ ਨੇ ਮਤਲਬ ਕਿ ਸਨੈਪਚੈਟ 'ਤੇ ਇੰਸਟਾਗ੍ਰਾਮ 'ਤੇ ਨਹੀਂ ਫੋਲੋ ਕੀਤਾ ਉੱਥੇ ਵੀ ਕਰ ਲਓ ਹੁਣ ਤੁਹਾਡੇ ਸਾਹਮਣੇ ਵਲੋਗ ਨਹੀਂ ਆਇਆ ਸੀ ਨਾ ਅਤੇ ਸਨੈਪਚੈਟ 'ਤੇ ਆਪਾਂ ਕੁਛ ਨਾ ਕੁਛ ਪਾਉਂਦੇ ਰਹੀਦਾ ਸੀ ਹੈ ਨਾ ਵਲੋਗ ਉੱਥੋਂ ਦੇ ਆਪਣੇ ਹਜ਼ੂਰ ਸਾਹਿਬ ਦੇ ਜਿੱਦਾਂ ਵਲੋਗ ਬਣਾਏ ਨਹੀਂ ਆ ਪਰ ਸਨੈਪਚੈਟ 'ਤੇ ਜਿੱਥੋਂ ਤੱਕ ਫੋਟੋਆਂ ਖਿੱਚਣੀਆਂ ਅਲਾਊਡ ਸੀ ਉਹ ਜ਼ਰੂਰ ਪਾਈਆਂ ਸੀ ਅਤੇ ਜਿਹੜੇ ਭਰਾ ਸਨੈਪਚੈਟ 'ਤੇ ਐਡ ਪਹਿਲਾਂ ਹੈਗੇ ਉਹਨਾਂ 'ਤੇ ਵੇਖ ਲਈਆਂ ਹੋਣੀਆਂ ਜਿਹੜੇ ਭਰਾ ਨਹੀਂ ਸੀ ਅਤੇ ਉਹ ਰਹਿ ਗਏ ਹੋਣੇ ਆ ਅਤੇ ਸੋ ਉੱਥੇ ਵੀ ਕੰਮ ਖਿੱਚ ਕੇ ਰੱਖੋ ਅਤੇ ਬਾਕੀ ਆਪਾਂ ਆ ਗਏ ਹਾਂ ਪਿੰਡ ਹੁਣ ਆਪਾਂ ਇੱਧਰੋਂ ਕੰਮ ਖੇਡ ਦੇਣਾ ਮੈਨੂੰ ਪਤਾ ਸੀ ਕਿ ਬਹੁਤ ਭਰਾ ਮਿਸ ਕੀਤਾ ਅਤੇ ਭਰਾ ਸਾਰਿਆਂ ਨੂੰ ਮਿਸ ਯੂ ਟੂ ਅਤੇ ਮਿਲਦੇ ਹਾਂ ਮੇਰੀ ਜਾਨ ਬਾਏ ਬਾਏ।